हाँ जी, स्वागत है जी आप सारे का एक बार फिर तो तत गुरमत ज्ञान टीवी अपने यूट्यूब चैनल दे उते। हर सोमवार की तरह ऐतकी शेर असी हाजिर हैं जी प्रोग्राम सवाल जवाब लैके। हर वार की तरह साढ़े नाल ऐतकी भी प्रोग्राम दे विच शिरकत कर रहे ने प्रोफेसर इंदर सिंह घग्गा। आपां उन्हां नाल फतेह दी सांझ पाउंदे हां जी। प्रोफेसर साहब वाहिगुरु जी का खालसा वाहिगुरु जी की फतेह जी। जी का खालसा वाहिगुरु जी की फतेह जी। ओ बापू जी सेहतां ठीक है जी? बिलकुल चढ़दी कला। स्रोतियां दे कई वारी फोन ते कह दिंदे आ, कहिंदे तुसीं बापू नूं सेहत तां पुछदे नहीं प्रोग्राम शुरू करन तों पहलां। ठीक है ਬਿਰਧ ਸਰੀਰ ਦਾ ਕਹਿੰਦੇ ਖਿਆਲ ਰੱਖਿਆ ਕਰੋ। ਮੈਂ ਕਿਹਾ ਜੀ ਕੋਈ ਨੀ ਚਲੋ ਹੁਣ ਪੁੱਛ ਲਿਆ ਕਰਾਂਗੇ। ਨਹੀਂ ਸਿਹਤ ਪਹਿਲੀ ਤੰਦਰੁਸਤ ਹੈ, ਕੋਈ ਏਡੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਜੀ ਜੀ ਜੀ। ਔਰ ਪ੍ਰੋਫੈਸਰ ਸਾਹਿਬ ਮੈਂ ਨਾਲ ਤਾਂ ਹੁਣ ਇਕੱਲੇ ਇਕੱਲੇ ਬੰਦੇ ਤਾਂ ਨਹੀਂ ਲੈ ਸਕਦਾ, ਪਰ ਵਟਸਐਪ ਦੇ ਉੱਤੇ ਜਿਹੜੇ ਹੈਗੇ ਆ ਬੜੇ ਸੁਨੇਹੇ ਵੋਇਸ ਮੈਸੇਜ ਲਿਖ ਕੇ ਔਰ ਬਹੁਤ ਸਾਰੇ ਸਰੋਤਿਆਂ ਦੇ ਫੋਨ ਵੀ ਆਉਂਦੇ ਆ, ਉਹ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਤੁਹਾਡਾ। ਮਤਲਬ ਜਿਹੜੇ ਸਵਾਲਾਂ ਦੇ ਤੁਸੀਂ ਜਵਾਬ ਦਿੱਤੇ ਆ ਹਿੰਮਤ ਕਰਕੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ ਉਹ ਸਾਹਮਣੇ ਲਿਆਂਦੀ ਆ, ਉਹਦੇ ਲਈ ਸ਼ੁਕਰ ਗੁਜ਼ਾਰੀ ਆ, ਤੁਹਾਡਾ ਸ਼ੁਕਰ ਗੁਜ਼ਾਰ ਕਰਨਾ ਚਾਹੁੰਦੇ। ਬਹੁਤ ਅੱਛਾ ਜੀ, ਬਹੁਤ ਅੱਛਾ, ਧੰਨਵਾਦ ਸਾਰਿਆਂ ਦਾ ਜੀ। ਹਾਂਜੀ ਸਰੋਤਿਓ, ਤੁਸੀਂ 401 ਤੋਂ ਲੈ ਕੇ 405 ਤੱਕ ਦੇ ਜਿਹੜੇ ਸਵਾਲ ਹੈਗੇ ਆ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਪ੍ਰੋਫੈਸਰ ਸਾਹਿਬ ਦੇ ਨਾਲ ਸਾਂਝੇ ਕੀਤੇ ਸੀ, ਉਹਨਾਂ ਤੋਂ ਜਵਾਬ ਲੈਣ ਦੀ ਆਪਾਂ ਕੋਸ਼ਿਸ਼ ਕੀਤੀ ਸੀਗੀ। ਔਰ 406 ਤੋਂ ਲੈ ਕੇ ਜਿਹੜਾ ਹੈਗਾ 410 ਤੱਕ ਆਪਾਂ ਅੱਜ ਕੋਸ਼ਿਸ਼ ਕਰਾਂਗੇ। ਬਾਕੀ ਜਿਵੇਂ ਸਮੇਂ ਨੇ ਇਜਾਜ਼ਤ ਦਿੱਤੀ, ਜੇ ਆਪਾਂ ਨੂੰ ਟਾਈਮ ਵੱਧ ਘੱਟ ਲੱਗਿਆ ਤੇ ਆਪਾਂ ਇੱਕ ਅੱਧਾ ਸਵਾਲ ਜਿਹੜਾ ਹੈਗਾ ਉਹ ਵੱਧ ਘੱਟ ਕਰ ਸਕਦੇ ਹਾਂ, ਪ੍ਰੋਗਰਾਮ ਦੇ ਵਿੱਚ ਵਧਾ ਵੀ ਸਕਦੇ ਹਾਂ ਉਹਨੂੰ, ਘਟਾ ਵੀ ਸਕਦੇ ਹਾਂ, ਪਰ ਅਸੀਂ ਕੋਸ਼ਿਸ਼ ਕਰੀਦੀ ਆ ਵੀ 5 ਸਵਾਲ ਰੱਖੀਏ ਤਾਂ ਕਿ ਐਪੀਸੋਡ ਦੇ ਵਿੱਚ ਵਧੀਆ ਸਾਰਿਆਂ ਨੂੰ ਠੀਕ ਲੱਗਦਾ ਹੋਵੇ ਇੱਕ ਰੂਟੀਨ ਦੇ ਵਿੱਚ। ਔਰ ਇਹਦੇ ਨਾਲ ਨਾਲ ਅਸੀਂ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਤੁਸੀਂ ਤਤ ਗੁਰਮਤ ਗਿਆਨ ਟੀਵੀ ਯੂਟਿਊਬ ਚੈਨਲ ਦੇ ਉੱਤੇ ਸੁਣਦੇ ਹੋ, ਉਸੇ ਤਰੀਕੇ ਦੇ ਨਾਲ ਟੈਲੀਗ੍ਰਾਮ ਦੇ ਉੱਤੇ ਵਟਸਐਪ ਦੇ ਉੱਤੇ ਵੀ ਆਪਣੇ ਗਰੁੱਪ ਜਿਹੜੇ ਹੈਗੇ ਆ ਬਣਾਏ ਹੋਏ ਆ। ਪਰ ਕੋਸ਼ਿਸ਼ ਕਰਿਓ ਜੇ ਤੁਸੀਂ ਆਡੀਓ ਪ੍ਰੋਗਰਾਮ ਸੁਣਨੇ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਹੈਗਾ ਉਹ ਚੈਨਲ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਹੋਣਾ ਦੇ ਨਾਮ ਦੇ ਉੱਤੇ ਵੀ ਹੈ ਔਰ ਤਤ ਗੁਰਮਤ ਗਿਆਨ ਦੇ ਨਾਮ ਦੇ ਉੱਤੇ ਵੀ। ਸਰਚ ਕਰਕੇ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ। ਆਡੀਓ ਪ੍ਰੋਗਰਾਮ ਸਵਾਲ ਜਵਾਬ, ਜਨਮ ਸਾਖੀਆਂ ਦੀ ਪੜਚੋਲ ਜਾਂ ਜਿੰਨੀ ਵੀ ਸ਼ਬਦ ਵਿਚਾਰ ਔਰ ਜਿਹੜੇ ਲਾਈਵ ਪ੍ਰੋਗਰਾਮ ਹੋਏ ਆ ਉਹ ਸਾਰੇ ਦੇ ਸਾਰੇ ਤਤ ਗੁਰਮਤ ਗਿਆਨ ਮੀਡੀਆ ਦੇ ਤੁਹਾਨੂੰ ਉੱਥੋਂ ਮਿਲ ਜਾਣਗੇ। ਪ੍ਰੋਫੈਸਰ ਸਾਹਿਬ ਦੀਆਂ ਬੁੱਕਸ ਵਾਸਤੇ ਵੀ ਕਈਆਂ ਦੇ ਫੋਨ ਆਉਂਦੇ ਆ, ਉਹਨਾਂ ਨੂੰ ਵੀ ਬੇਨਤੀ ਹੈ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਜਾ ਕੇ ਜੁਆਇਨ ਕਰੋ, ਸਾਰੀਆਂ ਹੀ ਬੁੱਕਸ ਦੇ ਤੁਹਾਨੂੰ PDF ਔਰ ਆਡੀਓ ਜਿਹੜੀਆਂ ਹੈਗੀਆਂ ਪ੍ਰੋਫੈਸਰ ਸਾਹਿਬ ਦੀਆਂ ਉੱਥੇ ਮਿਲ ਜਾਣਗੀਆਂ। ਹਾਂਜੀ ਪ੍ਰੋਫੈਸਰ ਸਾਹਿਬ, ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਪਹਿਲੇ ਸਵਾਲ ਤੋਂ। ਹਾਂਜੀ, ਸਵਾਲ ਨੰਬਰ ਹੈ ਜੀ ਸਾਡਾ 406, ਇਹਨਾਂ ਦਾ ਨਾਂ ਯੁਵਰਾਜ ਸਿੰਘ ਹੈ ਜੀ, ਮਾਨ ਨਗਰ ਪਟਿਆਲਾ ਦੇ ਰਹਿਣ ਵਾਲੇ ਆ। ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਦੇ ਨਾਲ ਜੁੜੀ ਹੋਈ ਇਹ ਘਟਨਾ ਹੈਗੀ ਆ, ਪੰਜ ਪਿਆਰੇ ਸਾਜੇ ਗਏ ਆ, ਪੰਜ ਪਿਆਰਿਆਂ ਦੇ ਵਿੱਚ ਸਿਰਫ ਬੰਦੇ ਸਾਜੇ ਆ, ਉਹਦੇ ਵਿੱਚ ਇਹ ਕਹਿੰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਪਰਖ ਕੀਤੀ ਹੈ ਉੱਥੇ ਆਵਾਜ਼ ਮਾਰੀ ਹੈ ਤਾਂ ਬੀਬੀਆਂ ਨੂੰ ਕਿਉਂ ਨੀ ਪਰਖਿਆ ਗਿਆ, ਬੀਬੀਆਂ ਦਾ ਨਾਂ ਨਾਲ ਕਿਉਂ ਨੀ ਜੁੜਿਆ ਪੰਜ ਪਿਆਰਿਆਂ ਦੇ, ਕੀ ਬੀਬੀਆਂ ਦਾ ਨਾਂ ਲਿਆ ਗਿਆ ਸੀ ਜਾਂ ਨਹੀਂ ਲਿਆ ਗਿਆ ਸੀ, ਇਸ ਘਟਨਾ ਦੇ ਬਾਰੇ ਜਾਣਨਾ ਚਾਹੁੰਦੇ ਆ। ਹਾਂਜੀ, ਇਹ ਬੜਾ ਮਹੱਤਵਪੂਰਨ ਸਵਾਲ ਹੈ, ਪਰ ਸਾਨੂੰ ਇਹਦਾ ਇਤਿਹਾਸਕ ਤੇ ਮਨੋਵਿਗਿਆਨਿਕ ਵਿਸ਼ਲੇਸ਼ਣ ਕਰਨਾ ਪਵੇਗਾ। ਇੱਕ ਤਾਂ ਔਰਤਾਂ ਦਾ ਜਿਹੜੀ ਸਰੀਰਕ ਬਣਤਰ ਹੈ ਉਹ ਜੰਗ ਯੁੱਧ ਵਾਸਤੇ ਨਹੀਂ ਹੈ, ਅੱਜ ਵੀ ਔਰਤਾਂ ਜੰਗ ਯੁੱਧ ਦੇ ਵਿੱਚ ਨਹੀਂ ਜਾਂਦੀਆਂ, ਘੱਟ ਤੋਂ ਘੱਟ ਔਰਤਾਂ ਨੇ ਜਿਹੜੀਆਂ ਨੇ ਇਸ ਤਰ੍ਹਾਂ ਜੰਗ ਦੇ ਵਿੱਚ ਹਿੱਸਾ ਲਿਆ ਹੋਵੇ ਤੇ ਮੋਹਰੀ ਹੋ ਕੇ ਹਥਿਆਰ ਚਲਾਏ ਹੋਣ। ਉਹਨਾਂ ਜ਼ਮਾਨਿਆਂ 'ਚ ਤਾਂ ਜੰਗ ਲੜਨ ਵਾਸਤੇ ਘਰੋਂ ਬਾਹਰ ਜਾਣਾ ਪੈਂਦਾ ਸੀ ਤੇ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚ ਰਹਿਣਾ ਪੈਣਾ ਸੀ, ਹਰ ਵਕਤ ਖਤਰੇ ਚਾਲੇ ਚਾਰੇ ਪਾਸੇ ਮੰਡਰਾਉਂਦੇ ਫਿਰਦੇ ਸੀ ਤੇ ਇਸ ਤਰ੍ਹਾਂ ਔਰਤਾਂ ਦਾ ਇਹੋ ਜਿਹੇ ਹਾਲਾਤ ਜਦੋਂ ਅੱਜ 3-4 ਸਾਲ ਔਰਤਾਂ ਨੂੰ ਇਸ ਤਰ੍ਹਾਂ ਜੰਗ ਦੇ ਵਿੱਚ ਉਤਾਰ ਦੇਣਾ ਇਹ ਸੰਭਵ ਨਹੀਂ ਸੀ। ਅਸੀਂ ਤਾਂ ਅੱਜ ਗੁਰੂ ਦੀ ਮੰਨ ਕੇ ਔਰਤਾਂ ਨੂੰ ਜੰਤਰ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਹਾਂ। ਆਪਣੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਅੱਗੋਂ ਜਿਹੜੇ ਸਿੰਘਾਂ ਨੂੰ ਖੰਡੇ ਕੀ ਪਹੁਲ ਚੁਕਾਈ
ਤੇ ਉਹਨਾਂ ਨੂੰ ਵੀ ਉਹੀ ਰਾਹ ਉਹੀ ਤਰੀਕਾ ਉਹੀ ਕਸਮਾਂ ਉਹੀ ਹਥਿਆਰ ਚਲਾਉਣ ਦੇ ਢੰਗ ਤਰੀਕੇ ਉਹਨਾਂ ਨੂੰ ਵੀ ਉਹੀ ਪਰਣ ਕਰਵਾਏ ਗਏ ਤਾਂ ਕਿ ਇਹ ਫੌਜ ਦੇ ਵਿੱਚ ਭਰਤੀ ਹੋਣ ਦਾ ਇੱਕ ਢੰਗ ਸੀ ਪੰਜ ਪਿਆਰੇ ਕੇਵਲ ਮੱਥੇ ਟੇਕਣ ਨੂੰ ਜਾਂ ਅੱਜ ਤੱਕ ਜਿਵੇਂ ਆਪਾਂ ਦੇਖਦੇ ਹਾਂ ਨਗਰ ਕੀਰਤਨ ਦੇ ਵਿੱਚ ਮੂਹਰੇ ਜਾ ਰਹੇ ਨੇ ਕਿਤੇ ਪੰਜ ਪਿਆਰੇ ਵਾਹਿਗੁਰੂ ਕਰਦੇ ਜਾ ਰਹੇ ਨੇ ਉਸ ਸਮੇਂ ਦੇ ਪੰਜ ਪਿਆਰੇ ਜੰਗ ਦੇ ਵਿੱਚ ਜਾਣ ਵਾਸਤੇ ਮੋਹਰੀ ਫੌਜੀਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਚੁਣੇ ਸੀ ਤੇ ਔਰਤਾਂ ਉਦੋਂ ਜੰਗ ਦੇ ਵਿੱਚ ਜਾਣ ਵਾਸਤੇ ਹਾਲਾਤ ਸਾਜ਼ਗਾਰ ਨਹੀਂ ਸੀ ਆਹ ਮੈਂ ਹੁਣੇ ਤਾਂ ਸ਼ਾਇਦ ਪਿਛਲੇ ਕਿਸੇ ਐਪੀਸੋਡ ਦੇ ਵਿੱਚ ਜ਼ਿਕਰ ਕੀਤਾ ਸੀ ਭਾਰਤ ਦੇ ਵਿੱਚ ਜਿਹੜੀ ਪੈਦਲ ਫੌਜ ਹੈ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ ਅਹੁਦੇ ਨੇ ਉਹ ਔਰਤਾਂ ਨੂੰ ਨਹੀਂ ਦਿੱਤੇ ਜਾਂਦੇ ਸੀ ਫਿਰ ਔਰਤਾਂ ਨੇ ਜਿਹੜੀਆਂ ਫੌਜ ਦੇ ਵਿੱਚ ਉਹਨਾਂ ਨੂੰ ਕੁਝ ਸਮੇਂ ਵਾਸਤੇ ਫੌਜ 'ਚ ਰੱਖਿਆ ਜਾਂਦਾ ਸੀ ਤੇ ਵੱਡੀ ਪੋਜੀਸ਼ਨ ਪੱਕੀ ਅਫਸਰ ਬਣਾ ਕੇ ਉਹਨਾਂ ਨੂੰ ਨਹੀਂ ਰੱਖਿਆ ਜਾਂਦਾ ਸੀ ਪੰਜ ਸੱਤ ਸਾਲ ਨੌਕਰੀ ਕਰਵਾ ਕੇ ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਸੀ ਤੇ ਔਰਤਾਂ ਨੇ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਕੀਤਾ ਕਈ ਸਾਲ ਉਹਦੀ ਸੁਣਵਾਈ ਹੋਈ ਫਿਰ ਸੁਪਰੀਮ ਕੋਰਟ ਦੇ ਵਿੱਚ ਦਲੀਲਾਂ ਪੇਸ਼ ਕੀਤੀਆਂ ਗਈਆਂ ਕਿ ਜਦੋਂ ਭਾਰਤੀ ਸੰਵਿਧਾਨ ਔਰਤ ਨੂੰ ਮਰਦ ਨੂੰ ਬਰਾਬਰ ਮੰਨਦਾ ਜਾਤ ਪਾਤ ਨੂੰ ਵੀ ਨਹੀਂ ਮੰਨਦਾ ਤਾਂ ਫਿਰ ਔਰਤਾਂ ਨੂੰ ਫੌਜ ਦੇ ਵਿੱਚ ਪੱਕੀ ਨੌਕਰੀ ਵੱਡਾ ਛੋਟਾ ਅਹੁਦਾ ਕਿਉਂ ਨਹੀਂ ਮਿਲਦੀ ਤਾਂ ਸੁਪਰੀਮ ਕੋਰਟ ਨੇ 6 ਮਹੀਨੇ ਪਹਿਲਾਂ ਬਕਾਇਦਾ ਭਾਰਤ ਸਰਕਾਰ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਪੱਕੀ ਨੌਕਰੀ ਰੈਗੂਲਰ ਹੈ ਜਿਹੜਾ ਉਸ ਅਫਸਰ ਦੀ ਜੇ ਕਿਸੇ ਦਾ ਅਹੁਦਾ ਬਣਦਾ ਉਹਨੂੰ ਅਫਸਰ ਦਾ ਅਹੁਦਾ ਦਿੱਤਾ ਜਾਵੇ ਔਰਤ ਹੋਣ ਕਰਕੇ ਇਹਨਾਂ ਨੂੰ ਨੌਕਰੀ ਤੋਂ ਨਾ ਹਟਾਇਆ ਜਾਵੇ ਤਾਂ ਭਾਰਤ ਸਰਕਾਰ ਨੇ ਇਹ ਗੱਲ ਸਵੀਕਾਰ ਕੀਤੀ ਹੈ ਤੁਸੀਂ ਸੋਚ ਕੇ ਦੇਖੋ 300 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਾਡੇ ਲੋਕ ਔਰਤਾਂ ਨੂੰ ਜਦੋਂ ਕਿ ਹੁਣ ਸਾਰੇ ਸਾਧਨ ਹੈਗੇ ਨੇ ਅਜੇ ਵੀ ਬਰਾਬਰ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਫੌਜ ਦੇ ਵਿੱਚ ਭਰਤੀ ਕਰਨ ਨੂੰ ਤਿਆਰ ਨਹੀਂ ਇਹ ਉਦੋਂ 300 ਸਾਲ ਪਹਿਲਾਂ ਤਾਂ ਬਹੁਤ ਪਛੜਿਆ ਹੋਇਆ ਸਮਾਂ ਸੀ ਸਾਡੀ ਸੋਚ ਪਸ਼ੂਆਂ ਵਰਗੀ ਸੀ ਆਮ ਲੋਕਾਂ ਦੀ ਉਹ ਇਹਨਾਂ ਗੱਲਾਂ ਨੂੰ ਬਰਦਾਸ਼ਤ ਹੀ ਨਹੀਂ ਸੀ ਕਰਦੇ ਨਾਲੇ ਜਦੋਂ ਕੋਈ ਔਰਤ ਫੌਜ ਦੇ ਵਿੱਚ ਭਰਤੀ ਹੋ ਕੇ ਬਾਹਰ ਅੰਦਰ ਜਾਵੇਗੀ ਉਹ ਕੱਲ ਨੂੰ ਉਹ ਗਰਭਵਤੀ ਹੋ ਜਾਵੇ ਉੱਥੇ ਬੱਚਾ ਪੈਦਾ ਹੋ ਜਾਵੇ ਤਾਂ ਉਹਦੇ ਵਾਸਤੇ ਨਵੀਂ ਮੁਸੀਬਤ ਖੜੀ ਹੋਵੇਗੀ ਇਹੋ ਜਿਹੀ ਹਾਲਤ ਦੇ ਵਿੱਚ ਘਰ ਦੇ ਉਹਨੂੰ ਘਰੇ ਨਹੀਂ ਵੜਨ ਦੇਣਗੇ ਇਹ ਤਾਂ ਅੱਜ ਵੀ ਕਿਸੇ ਲੜਕੀ ਤੋਂ ਇਸ ਤਰ੍ਹਾਂ ਦੀ ਕੋਈ ਗਲਤੀ ਹੋ ਜਾਵੇ ਤਾਂ ਘਰ ਵਾਲੇ ਅੱਜ ਤੱਕ ਵੀ ਔਰਤ ਨੂੰ ਮਾਫ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ ਤੋਂ 300 ਸਾਲ ਪਹਿਲਾਂ ਕਿੱਥੇ ਤਿਆਰ ਸੀ ਇਹੋ ਜਿਹੇ ਕੰਮਾਂ ਵਾਸਤੇ ਸੋ ਔਰਤਾਂ ਦੇ ਨਾਲ ਗੁਰੂ ਸਾਹਿਬ ਨੇ ਕੋਈ ਵਿਖਤਰਾ ਨਹੀਂ ਕੀਤਾ ਉਹਨਾਂ ਨੂੰ ਬਲਕਿ ਹਾਲਾਤ ਅਨੁਸਾਰ ਜ਼ਿੰਮੇਵਾਰੀਆਂ ਵੱਖੋ ਵੱਖਰੀਆਂ ਦੇ ਦਿੱਤੀਆਂ ਇਹ ਤਾਂ ਸਾਡਾ ਫਰਜ ਬਣਦਾ ਹੈ ਕਿ ਅੱਜ ਅਸੀਂ ਜਦੋਂ ਕਿਤੇ ਪੰਜਾਂ ਪਿਆਰਿਆਂ ਦਾ ਕੋਈ ਜ਼ਿੰਮੇਵਾਰੀ ਭਾਵੇਂ ਓਡੀ ਵੱਡੀ ਨਹੀਂ ਹੈ ਅੱਜ ਜਦੋਂ ਪੰਜਾਂ ਪਿਆਰਿਆਂ ਦੀ ਜ਼ਿੰਮੇਵਾਰੀ ਕਿਤੇ ਆਉਂਦੀ ਹੈ ਤਾਂ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ 1996 ਦੇ ਵਿੱਚ ਸਾਡੇ ਪ੍ਰੈਸ਼ਰ ਪਾਉਣ ਦੇ ਨਾਲ ਮੈਂ ਉਦੋਂ ਜਥੇਦਾਰ ਅਕਾਲ ਤਖ਼ਤ ਦੇ ਨਾਲ ਬਹੁਤ ਸਮਾਂ ਰਿਹਾ ਉਦੋਂ ਪ੍ਰੈਸ਼ਰ ਪਾਉਣ ਦੇ 1996 ਜਨਵਰੀ ਦੇ ਵਿੱਚ ਗਿਆਨੀ ਕੇਵਲ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਆਦਿਕ ਨੇ ਰਲ ਕੇ ਹੁਕਮਨਾਮਾ ਜਾਰੀ ਕੀਤਾ ਕਿ ਔਰਤਾਂ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਸਕਦੀਆਂ ਨੇ ਤਾਂ ਉੱਥੋਂ ਦੇ ਜਿਹੜਾ ਗੁੰਡਾ ਟਾਈਪ ਸਿੱਖ ਸੀ ਉਹਨਾਂ ਗੁੰਡੇ ਸਿੱਖਾਂ ਨੇ ਔਰਤਾਂ ਦਾ ਵਿਰੋਧ ਕੀਤਾ ਡਾਂਗਾ ਸੋਟੇ ਚਲਾਏ ਗਿਆਨੀ ਕੇਵਲ ਸਿੰਘ ਅਤੇ ਪ੍ਰੋਫੈਸਰ ਮਨਜੀਤ ਸਿੰਘ ਦਾ ਉੱਥੇ ਅਪਮਾਨ ਕੀਤਾ ਇਹਨਾਂ ਦੀਆਂ ਪੱਗਾਂ ਲੱਤੀਆਂ ਘਸੀਟਿਆ ਗਿਆ ਬਹੁਤ ਕੁਝ ਕੀਤਾ ਕਹਿੰਦੇ ਅਸੀਂ ਔਰਤਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਨਹੀਂ ਕਰਨ ਦੇਵਾਂਗੇ ਜਿਹੜੇ 300 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਇੱਥੇ ਤੱਕ ਖੜੇ ਨੇ ਤਾਂ 300 ਸਾਲ ਪਹਿਲਾਂ ਉਹ ਬਰਾਬਰ ਦਾ ਦਰਜਾ ਦੇਣ ਵਾਸਤੇ ਕਿੱਥੇ ਤਿਆਰ ਸੀ ਮੈਂ ਆਪਣੇ ਤੌਰ ਤੇ ਆਪਣੀ ਬੇਟੀ ਅਤੇ ਆਪਣੀ ਜੀਵਨ ਸਾਥਣ ਇਹਨਾਂ ਨੂੰ 1989 88 ਦੇ ਨੇੜੇ ਤੇੜੇ ਜਿਹੜਾ ਮੈਂ ਇੱਥੇ ਪ੍ਰਚਾਰ ਕੀਤਾ ਪਟਿਆਲੇ 'ਚ ਅਰਬਨ ਸਟੇਟ 'ਚ ਅਤੇ ਪੰਜਾਬੀ ਯੂਨੀਵਰਸਿਟੀ 'ਚ ਇੱਥੋਂ ਦੇ ਲੋਕ ਭਰਾ ਪ੍ਰਭਾਵਿਤ ਹੋ ਗਏ ਜਦੋਂ ਇਹਨਾਂ ਨੇ ਇੱਥੇ ਖਾਲਸਾ ਜਿਹੜਾ ਨਗਰ ਕੀਰਤਨ ਕੀਤਾ ਨਗਰ ਕੀਰਤਨ ਕੀਤਾ ਨਗਰ ਕੀਰਤਨ ਦੇ ਵਿੱਚ ਮੇਰੀ ਬੇਟੀ ਵੀ ਔਰ ਮੇਰੀ ਜੀਵਨ ਸਾਥਣ ਵੀ ਅਤੇ 3 ਬੀਬੀਆਂ ਹੋਰ ਉਹਨਾਂ ਨੂੰ ਅਸੀਂ 5 ਪਿਆਰਿਆਂ ਦਾ ਰੂਪ ਦੇ ਕੇ ਘੋੜਿਆਂ ਤੇ ਸਵਾਰ ਕਰਵਾ ਕੇ ਬਕਾਇਦਾ ਨਗਰ ਕੀਰਤਨ ਦਾ ਅਗਵਾਈ ਕਰਨ ਵਾਸਤੇ ਮੌਕਾ ਦਿੱਤਾ ਸੀ ਅਖਬਾਰਾਂ 'ਚ ਸਾਰੀਆਂ ਫੋਟੋਆਂ ਛਪੀਆਂ ਨੇ ਤੇ ਬਾਅਦ ਦੇ ਵਿੱਚ ਮੈਨੂੰ ਬਹੁਤ ਸਾਰਿਆਂ ਨੇ ਝਗੜੇ ਵੀ ਕੀਤੇ ਗਾਲਾਂ ਵੀ ਕੱਢੀਆਂ ਵੀ ਤੂੰ ਨਵਾਂ ਹੀ ਬਿਰਤ ਤੋੜ ਦਿੱਤੀ ਹੈ ਸੋ ਇਹ ਤਾਂ ਆਪਾਂ ਨੂੰ ਅੱਜ ਤੱਕ ਵੀ ਔਖੇ ਹੋ ਕੇ ਕੰਮ ਕਰਨਾ ਪੈ ਰਿਹਾ ਹੈ ਉਹਨਾਂ ਜ਼ਮਾਨਿਆਂ 'ਚ ਤੁਸੀਂ ਸੋਚ ਕੇ ਦੇਖੋ ਤੇ ਗੁਰੂ ਸਾਹਿਬ ਦੀ ਗੱਲ ਕਿੱਥੇ ਮੰਨਦੇ ਸੀ ਜੇ ਐਡਾ ਵੱਡਾ ਸਟੈਪ ਚੁੱਕ ਲੈਂਦੇ ਤਾਂ ਬਹੁਤ ਮੁਸ਼ਕਲਾਂ ਖੜੀਆਂ ਹੋਣੀਆਂ ਨਾਲ ਇੱਕ ਸਵਾਲ ਹੋਰ ਵੀ ਮਤਲਬ ਸਵਾਲ ਕਹਿ ਲਈਏ ਜਾਂ ਜਿਵੇਂ ਤੁਹਾਡੀ ਗੱਲ ਨੂੰ ਉਹ ਕਲੈਰੀਫਾਈ ਕਰਨ ਦੀ ਗੱਲ ਹੈਗੀ ਹੈ ਚਾਹੇ ਕਿਸੇ ਵੀ ਧਰਮ ਦਾ ਗ੍ਰੰਥ ਹੋਵੇ ਚਾਹੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਗੱਲ ਕਰੀਏ ਜਿੰਨੇ ਪੁਰਾਣੇ ਰਾਈਟਰ ਜਿੰਨੀਆਂ ਬੁੱਕਾਂ ਲਿਖੀਆਂ ਗਈਆਂ ਜਾਂ ਪਿੱਛੇ ਗ੍ਰੰਥ ਲਿਖੇ ਗਏ ਆ ਕਿਤੇ ਵੀ ਸਾਨੂੰ ਕਿਸੇ ਬੀਬੀ ਦੀ ਬਾਣੀ ਨਹੀਂ ਮਿਲਦੀ ਉਹਦੇ ਵਿੱਚ
ਕੋਈ ਐਸੀ ਉਹ ਜਿਹੜੀ ਲਿਖਤ ਹੈਗੀ ਆ ਉਹ ਨਹੀਂ ਮਿਲਦੀ ਤੇ ਇਹਦੇ ਇਹਦਾ ਵੀ ਕਾਰਨ ਇਹ ਹੈ ਜੀ ਕਿ ਔਰਤਾਂ ਨੂੰ ਪੜ੍ਹਨ ਲਿਖਣ ਵਾਸਤੇ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਵਿਚਾਰ ਚਰਚਾ ਕਰਨ ਦੀ ਇਜਾਜ਼ਤ ਨਹੀਂ ਸੀ ਜਿਹੜੇ ਵੱਡੇ ਵਿਦਵਾਨ ਸੀ ਉਹਨਾਂ ਜ਼ਮਾਨਿਆਂ 'ਚ ਸਾਧੂ ਮਹਾਤਮਾ ਉਹਨਾਂ ਕੋਲੇ ਵੀ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਇਸ ਕਰਕੇ ਉਹਨਾਂ ਦਾ ਮਾਨਸਿਕ ਵਿਕਾਸ ਪੂਰਾ ਨਹੀਂ ਹੋ ਸਕਿਆ ਉਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਸੀ ਉਹਨਾਂ ਪਾਬੰਦੀਆਂ ਦੇ ਕਾਰਨ ਉਹ ਬੱਚੇ ਪਾਲਣ ਤੱਕ ਘਰ ਨੂੰ ਸੰਭਾਲਣ ਤੱਕ ਰਹਿ ਗਈਆਂ ਤੇ ਜਿਹੜੇ ਬਾਹਰਲੇ ਕੰਮ ਨੇ ਉਹ ਸਾਰੇ ਆਦਮੀਆਂ ਨੇ ਕਬਜ਼ੇ ਕਰ ਲਏ ਕਿਉਂਕਿ ਬੜਾ ਉਦੋਂ ਜਿਹੜਾ ਸਮਾਜ ਸੀ ਉਹ ਬਹੁਤ ਪਛੜਿਆ ਹੋਇਆ ਸੀ ਉਹ ਔਰਤਾਂ ਨੂੰ ਇੱਥੋਂ ਤੱਕ ਵਿਦੇਸ਼ੀ ਹਮਲਾਵਰ ਵੀ ਜਦੋਂ ਭਾਰਤ ਤੇ ਹਮਲਾ ਕਰਨ ਆਉਂਦੇ ਸੀ ਔਰਤਾਂ ਨੂੰ ਜਿਹੜੀਆਂ ਸੋਹਣੀਆਂ ਲੜਕੀਆਂ ਹੁੰਦੀਆਂ ਸੀ ਜਬਰੀ ਚੁੱਕ ਕੇ ਲੈ ਜਾਂਦੇ ਸੀ ਇਸ ਤਰ੍ਹਾਂ ਦੇ ਮੰਦੇ ਵਿਹਾਰ ਬਹੁਤ ਹੁੰਦੇ ਸੀ ਔਰਤਾਂ ਨੂੰ ਵੇਚਿਆ ਜਾਂਦਾ ਸੀ ਖਰੀਦਿਆ ਜਾਂਦਾ ਸੀ ਤੇ ਬੇਸ਼ਵਾਵਾਂ ਦੇ ਰੂਪ 'ਚ ਉਹਨਾਂ ਨੂੰ ਥਾਂ ਥਾਂ ਤੇ ਕੋਠਿਆਂ ਤੇ ਬਿਠਾਇਆ ਜਾਂਦਾ ਸੀ ਜਾਂ ਔਰਤਾਂ ਨੂੰ ਰਾਜੇ ਮਹਾਰਾਜੇ ਆਪਣੇ ਮਹਿਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਐਸ਼ ਪ੍ਰਸਤੀ ਵਾਸਤੇ ਰੱਖ ਲੈਂਦੇ ਸੀ ਇਹ ਦੁਖਦਾਈ ਪੱਖ ਜਦੋਂ ਅਸੀਂ ਸਾਰਾ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਵਾਂਗੇ ਤਾਂ ਉਸ ਹਾਲਾਤ ਦਾ ਕੁਝ ਹੱਦ ਤੱਕ ਸਾਨੂੰ ਸਮਝ ਆ ਜਾਣ ਜੀ ਜੀ ਹਾਂਜੀ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਇਸ ਸਵਾਲ ਦਾ ਜਵਾਬ ਦੇਣ ਦੇ ਲਈ ਅਗਲਾ ਜਿਹੜਾ ਸਵਾਲ ਹੈਗਾ ਜੀ 407 ਨੰਬਰ ਆਪਣਾ ਉਹ ਹਿੰਮਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੈ ਉਹਨਾਂ ਦਾ ਸਵਾਲ ਜਿਹੜਾ ਹੈਗਾ ਜੀ ਇਹ ਪਹਿਲਾਂ ਵੀ ਆਪਾਂ ਇੱਕ ਐਪੀਸੋਡ ਦੇ ਵਿੱਚ ਪਿੱਛੇ ਵਿਚਾਰ ਇਹਦੇ ਬਾਰੇ ਹੋ ਚੁੱਕੀ ਹੈ ਪੂਰਵਲੇ ਜਨਮ ਦੇ ਬਾਰੇ ਮੇਰੇ ਖਿਆਲ 'ਚ ਇੱਕ ਦੋ ਸਵਾਲ ਪਹਿਲਾਂ ਵੀ ਆ ਗਏ ਆਪਾਂ ਉਹਦੇ ਬਾਰੇ ਡਿਸਕਸ ਕੀਤੀ ਹੈ ਇਹਨਾਂ ਨੇ ਜਿਹੜਾ ਗੁਰਬਾਣੀ ਦਾ ਸ਼ਬਦ ਆਪਾਂ ਨੂੰ ਲਿਖ ਕੇ ਭੇਜਿਆ ਸੀਗਾ ਉਹ ਤੁਹਾਡੇ ਕੋਲੇ ਪ੍ਰੋਫੈਸਰ ਸਾਹਿਬ ਪਹੁੰਚ ਚੁੱਕਿਆ ਤੇ ਉਹਦੇ ਬਾਰੇ ਤੁਸੀਂ ਦੱਸੋ ਇਹਨਾਂ ਨੂੰ ਵੀ ਪੂਰਵਲੇ ਜਨਮ ਦੇ ਬਾਰੇ ਜਿਹੜਾ ਉਹ ਸ਼ਬਦ ਹੈਗਾ ਉਹਦੇ ਕੀ ਮਾਇਨੇ ਕੀ ਅਰਥ ਹੈਗੇ ਆ ਆਪਣੇ ਜੀ ਆਮ ਤੌਰ ਤੇ ਸਟੇਜਾਂ ਦੇ ਉੱਤੇ ਜੋ ਅੱਜ ਤੱਕ ਬੋਲਿਆ ਗਿਆ ਹੈ ਗੁਰਬਾਣੀ ਦੇ ਹਵਾਲੇ ਦੇ ਕੇ ਆਮ ਤੌਰ ਤੇ ਇੱਕ ਪੰਗਤੀ ਸੁਣਾ ਦਿੱਤੀ ਜਾਂਦੀ ਹੈ ਤੇ ਪੂਰਾ ਸ਼ਬਦ ਨਹੀਂ ਪੜਿਆ ਜਾਂਦਾ ਜਦੋਂ ਇੱਕ ਪੰਗਤੀ ਵਿੱਚੋਂ ਲੈ ਕੇ ਸੁਣਾਵਾਂਗੇ ਤਾਂ ਉਹ ਅਰਥ ਸਪਸ਼ਟ ਨਹੀਂ ਹੁੰਦੇ ਕਿਸੇ ਇੱਕ ਪਾਸੇ ਵਿਚਾਰਧਾਰਾ ਚਲੀ ਜਾਂਦੀ ਹੈ ਜਿਹੜੀ ਕਿ ਆਮ ਸੰਗਤ ਨੂੰ ਗੁਮਰਾਹ ਕਰਦੀ ਹੈ ਤੇ ਜਦੋਂ ਉਹ ਮਨ 'ਚ ਸ਼ੰਕਾ ਪੈਦਾ ਹੁੰਦਾ ਹੈ ਫਿਰ ਬੰਦਾ ਸੋਚਦਾ ਇਹਦਾ ਮਤਲਬ ਇਹ ਠੀਕ ਹੀ ਹੋਣੀ ਹੈ ਇਸੇ ਤਰ੍ਹਾਂ ਆਪਣੇ ਕਿੰਨੀਆਂ ਗੱਲਾਂ ਨੇ ਆਵਾਗਮਨ 84 ਲੱਖ ਜੂਨਾ ਧਰਮ ਰਾਜ ਜਮਣਾ ਮਰਨਾ ਚਿਤ੍ਰਗੁਪਤ ਇਹਨਾਂ ਦੇ ਅਧੂਰੇ ਸ਼ਬਦ ਲੈ ਕੇ ਸਟੇਜਾਂ ਤੇ ਸੁਣਾਏ ਗਏ ਨੇ ਤੇ ਸੰਗਤਾਂ ਨੂੰ ਲੱਗਣ ਲੱਗ ਪਿਆ ਕਿ ਸ਼ਾਇਦ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਜ਼ਿਕਰ ਆ ਗਿਆ ਗੁਰਬਾਣੀ ਦੇ ਵਿੱਚ ਪਰ ਇਹ ਚੇਤਾ ਭੁੱਲ ਜਾਂਦਾ ਹੈ ਕਿ ਹਵਾਲਾ ਦੇਣ ਵਾਸਤੇ ਤਾਂ ਜਿਹੜੀਆਂ ਅਣਹੋਣੀਆਂ ਚੀਜ਼ਾਂ ਦਾ ਵੀ ਜ਼ਿਕਰ ਆ ਜਾਂਦਾ ਜਿਹੜੀਆਂ ਕਦੇ ਹੋਈਆਂ ਹੀ ਨਹੀਂ ਪਰ ਕੇਵਲ ਉਦਾਹਰਣ ਦੇ ਤੌਰ ਤੇ ਹੁੰਦਾ ਅਸੀਂ ਆਪਣੀ ਬੋਲ ਚਾਲ ਦੇ ਵਿੱਚ ਰੋਜ਼ਾਨਾ ਆਮ ਬੋਲਦੇ ਹਾਂ ਕਿ ਫਲਾਣੇ ਮੇਰੇ ਭਰਾ ਨੂੰ ਵੇਖ ਕੇ ਤਾਂ ਮੇਰਾ ਜਿਹੜਾ ਦਿਲ ਹੈ ਬਾਗ ਬਾਗ ਹੋ ਗਿਆ ਕੋਈ ਆਖੇ ਵੀ ਦੱਸ ਵੀ ਗੁਲਾਬ ਦੇ ਫੁੱਲ ਕਿੱਥੇ ਖੜੇ ਨੇ ਇਹ ਬਾਗ ਬਾਗ ਕਿਵੇਂ ਹੋ ਗਿਆ ਤਾਂ ਝੂਠ ਬੋਲੀ ਜਾਂਦਾ ਤੂੰ ਇਹਦਾ ਮਤਲਬ ਹੁੰਦਾ ਕਿ ਮੈਂ ਖੁਸ਼ ਹੋ ਗਿਆ ਇਸੇ ਤਰ੍ਹਾਂ ਇਹ ਮੇਰੇ ਦੁਸ਼ਮਣ ਨੂੰ ਵੇਖ ਕੇ ਤਾਂ ਮੈਨੂੰ ਸੱਤੀ ਕੰਪਣੀ ਅੱਗ ਲੱਗ ਗਈ ਕੋਈ ਆ ਕੇ ਕਹੇ ਵੀ ਝੂਠ ਕਾਹਨੂੰ ਮਾਰਦਾ ਤੂੰ ਤਾਂ ਚੰਗਾ ਭਲਾਖੜਾ ਅੱਗ ਤਾਂ ਲੱਗੀ ਕੋਈ ਨੀ ਹੈ ਇਹ ਗੁੱਸਾ ਪ੍ਰਗਟ ਕਰਦਾ ਹੈ ਸ਼ਬਦਾਵਲੀ ਹੈ ਸਾਡੀ ਤਾਂ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਜਿਹੜਾ ਪੂਰਵ ਸ਼ਬਦ ਆਇਆ ਇਹਨੂੰ ਜੇ ਵਿਗਿਆਨਕ ਢੰਗ ਨਾਲ ਆਪਾਂ ਸਮਝ ਲਈਏ ਤਾਂ ਉਹ ਇਹ ਹੈ ਕਿ ਮਾਤਾ ਪਿਤਾ ਦੇ ਰਾਹੀਂ ਜੋ ਸਾਨੂੰ ਮਿਲਿਆ ਤੇ ਜਿਹੜਾ ਅਸੀਂ ਜੀਨਸ ਦੇ ਰਾਹੀਂ ਅੱਗੇ ਤੋਂ ਅੱਗੇ ਪ੍ਰਾਪਤ ਕੀਤਾ ਜਿਹੜਾ ਸਾਡੇ ਸਮਾਜ ਨੂੰ ਗਿਆਨ ਮਿਲਿਆ ਜਿਹੜਾ ਸਾਡੇ ਸਕੂਲਾਂ ਕਾਲਜਾਂ ਚੋਂ ਸਾਨੂੰ ਦਿੱਤਾ ਗਿਆ ਜਿਹੜੇ ਸਾਡੇ ਦੇਸ਼ ਦੀ ਰਾਜਨੀਤੀ ਨੇ ਸਾਨੂੰ ਪੜ੍ਹਾਇਆ ਸੁਣਾਇਆ ਅਤੇ ਮੰਨਣ ਤੇ ਮਜਬੂਰ ਕੀਤਾ ਗਿਆ ਉਹ ਸਾਡੇ ਵਾਸਤੇ ਜ਼ਰੂਰੀ ਬਣ ਗਿਆ ਹੁਣ ਭਾਰਤ ਦੇ ਵਿੱਚ ਪੱਥਰ ਦੀਆਂ ਮੂਰਤੀਆਂ ਪੂਜਣਾ ਧਰਮ ਦਾ ਹਿੱਸਾ ਹੈ ਤੇ ਇਸਲਾਮ ਦੇ ਵਿੱਚ ਪੱਥਰ ਦੀ ਮੂਰਤੀ ਜਿਹੜਾ ਪੂਜਦਾ ਹੈ ਉਹ ਪਾਗਲ ਹੈ ਮੂਰਖ ਹੈ ਤੇ ਨਾਸਤਕ ਹੈ ਉਹ ਮੂਰਤੀ ਨੂੰ ਝਟਪਟ ਤੋੜ ਦਿੰਦੇ ਨੇ ਤੇ ਉਹ ਵੀ ਧਰਮ ਹੈ ਉਹਨਾਂ ਦਾ ਇੱਧਰ ਇਹ ਵੀ ਧਰਮ ਹੈ ਇਹਦਾ ਮਤਲਬ ਹੈ ਉਹਨਾਂ ਦੇ ਮਨ ਦੇ ਵਿੱਚ ਗੱਲ ਬਿਠਾ ਦਿੱਤੀ ਗਈ ਕਿ ਪੱਥਰ ਪੂਜਣ ਵਾਲਾ ਮੂਰਖ ਹੈ ਤੇ ਆਪਣੇ ਦੇਸ਼ ਵਿੱਚ ਇਹ ਮਨਾਂ 'ਚ ਗੱਲ ਬਿਠਾ ਦਿੱਤੀ ਕਿ ਪੱਥਰ ਪੂਜਣ ਵਾਲਾ ਆਸਤਕ ਹੈ ਰੱਬ ਨੂੰ ਮੰਨਣ ਵਾਲਾ ਹੈ ਭਗਵਾਨ ਨੂੰ ਦੇਵਤੇ ਨੂੰ ਮੰਨਣ ਵਾਲਾ ਹੈ ਇਹ ਕੋਈ ਨਾਸਤਕ ਨਹੀਂ ਹੈ ਪੂਰਬ ਦਾ ਮਤਲਬ ਹੁੰਦਾ ਜਦੋਂ ਆਪਾਂ ਅੱਜ ਵੀ ਬੋਲਦੇ ਹਾਂ ਪੂਰਬ ਕਿਹਨੂੰ ਕਹਿੰਦੇ ਆ ਉਹ ਕਹਿੰਦੇ ਆ ਜਿੱਧਰੋਂ ਸੂਰਜ ਚੜ੍ਹਦਾ ਤੇ ਚੜ੍ਹਦੇ ਸੂਰਜ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤਾਂ ਪੂਰਬ ਸੂਰਜ ਚੜ੍ਹਿਆ ਸਭ ਤੋਂ ਪਹਿਲਾਂ ਤੇ ਜਦੋਂ ਸੂਰਜ ਚੜ੍ਹਨ ਵਾਂਗੂ ਸਾਡੇ ਅੰਦਰ ਚਾਨਣਾ ਹੋਇਆ ਤੇ ਉਹ ਸਭ ਤੋਂ ਚਾਨਣਾ ਹੋ ਕੇ ਜਿਹੜਾ ਸਾਡੇ ਅੰਦਰ ਗਿਆਨ ਪ੍ਰਗਟ ਹੋਇਆ ਉਹ ਗਿਆਨ ਸਾਨੂੰ ਉੱਚਾ ਜਾਂ ਨੀਵਾਂ ਲੈ ਕੇ ਜਾਂਦਾ ਹੈ ਜਿਹੜਾ ਸਾਡੇ ਅੰਦਰ ਚਾਨਣਾ ਉੱਚਾ ਪੂਰਬ ਸਭ ਤੋਂ ਪਹਿਲਾਂ ਗਿਆਨ ਸਾਡੇ ਅੰਦਰ ਦਾਖਲ ਹੋਇਆ ਉਹਨੇ ਸਾਡੀ ਜ਼ਿੰਦਗੀ ਦੇ ਉੱਤੇ ਅਸਰ ਪਾਉਣਾ ਹੈ ਇਸ ਉਹ ਇਹ ਸਾਰਾ ਸ਼ਬਦ ਹੈ ਜਿਹੜਾ ਵਿੱਚੋਂ ਇੱਕ ਪੰਕਤੀ ਲੈ ਕੇ ਇਹਦੇ ਅਰਥ ਪੁੱਛੇ ਗਏ ਨੇ
मैं सारा शब्द इतने नहीं देवगा क्योंकि लंबा शब्द है। 1000 यह 13 तो शुरू होंगे, 1014 तक गुरु नानक साहब का शब्द है वह लगातार चलता है। ये बहुत कुछ गुरु नानक साहब ने समझाने का उपराला किया है, कला पूर्व जन्म वाली कहानी है, होर बहुत कुछ है। इस तरह आप इतने यदा नौवां बंद मैं लैन लग्या जिथों इन्होंने भेजा सी, पूर्व जन्म के लेख ना मिटई जन्म मरै कांको दोस्त रहै, भाव के जेड़ा कुछ तुसी पहला कीता सी उहदा नतीजा तुहानू आप भुगतना पऊगा, होर किसी नू दोष ना दिओ। मनना तां इह चाहीदा सी कि दूजिआं नू दोष ना दईए, बल्कि आप जिम्मेवारी चकीए कि मेतों पिछले समय च गलतियां होईआं सी, अज उहदा खमियाजा मैं भुगत रिहा। इथों तक मैं कहण वास्ते मजबूर हाँ कि मेरे माता पिता दीआं गलतियां कई बारी कीतियां होईआं औलाद नूं जां मैनूं भुगतनियां पैंदियां ने। जे बहुती जमीन जायदाद मेरे माता पिता ने फर्ज करो बना ली तां उहदा वारस भी मैं बणांगा, जे उन्होंने करजा चढ़ा लिया तां करजा भी मेरे सिर ते आ जाणा, जे उन्होंने समाज दे विच इज्जत बनाई है उस इज्जत दा मैनूं फायदा होना है, जे उन्होंने किते बुरे काम कीते ने तां मैनूं बेइज्जत होना पैणा कि इहदे मां-बाप तां इन्ने माड़े सी। यह है अगे पीढ़ी दर पीढ़ी जो पिछे हो चुकया होया है वह सानू भुगतना पैना है। वह भावना प्रगट की जा रही है कि होर किसी नू दोष ना दिओ जिहड़ा तुसी जां तुहाडे समाज ने जां तुहाडे वड्डे वडेरिया ने जो कीता है उहदा नतीजा भुगतन वास्ते तुहानू तैयार रहना चाहीदा, किसी नू दोषी ना ठहराओ। इसे तरह बिन गुर बाद जीवन होर मरना, बिन गुर शब्द है जन्म मरै, गुरु देव उपदेश तो बिना जमना ते मरना आम इंसानां दा है, गुरु दे सिख्या तो बिना भाव के ज्ञान तो बिना तुसी संसार ते जिहे जे आए जिहे जे ना आए। बिन गुर बाद जीवन होर मरना, बिन गुर शब्द जन्म जरै, खुशी खुआर भय रस भोगण फोकट कर्म विकार करै। इत्थे बहुत शब्द इसे तरह दे ही है, किन्ना सारा आपां सारा जे लवांगे समां इहदे ते ज्यादा लग जांदा है। इस गल नूं ध्यान च रख्या जावे, पूर्व दा महिना है जिहड़ा समा सब तो पहले दर्जे ते साडे वास्ते होवे, जिहड़ा पिछला समा बीत गया उहनू बीतिया समा भी आपां कहिंदे आ, पर साडे दिमाग च पहला तो जिहड़ियां चीजां बसियां होईआं ने उहनू गुरु साहिब ने बहुत सारे थावां ते पूर्व जन्म के मेट ना मिटई इस तरह दीआं भावना प्रगट कीतीआं ने। इहदा मतलब है साडे दिमागी बणतर दे विच जिहड़ी चीज फीड होगी उहदे तो असीं छेती किते खड़ा नहीं छड़ा सकदे। गुरु की सिक्ख्या लैके पुराने विचारों को त्यागना है, नवी विचारधारा अपनानी है। अज जिवें असी विज्ञानक युग च रह रहे हां तां विज्ञान दीआं किन्नीआं गल्लां नूं आपां अपना लिया, ते अजे भी कई लोग ये कहिंदे ने नहीं जी ये तां कोई चंगा युग थोड़ा ही है, पुराने जमे समें च तां लोग बहुत वधिया हुंदे सी, इउं गल नहीं बनदी। अज दे हालात अनुसार आपां नूं रहना अते सोचना पैणा। प्रोफेसर साहब इहदे सवाल जिहड़े हैगे इहो जे आउंदे जदों पूर्व जन्म वाले आउंदे आ जां आपणे दिमाग कारण यह है जिहड़ा साडा आला दुआला हैगा साडे टीवी सीरियल है जां असीं स्कूलां दे विच भी पढ़दे आ देखदे आ, तो जिहड़ी हिंदू मैथोलॉजी है जिहड़े जिहदे बारे बहुत ज्यादा प्रचारिया गया जिहदे विच मतलब अगला जन्म पिछला जन्म गाह कुत्ता बन गया बंदा बन गया, उह चीजां होण करके साडी बहुतात गुरबाणी नूं वी उह गुरबाणी नूं वी उसे नजरिए दे नाल ही देखदी है। तुसीं थोड़े जे टाइम दे विच जरूर दसो वी गुरबाणी डिफरेंट किवें है उह सारे सिस्टम दे नालों, लॉजिक किवें दिंदी है गुरबाणी, मैजिक नहीं हैगा उहदे विच। इहते ना आपां जे आम विज्ञानक ढंग नाल कदे सोचण दा यतन करिए तां मैं कई वारी कह दिंदा कि जदों किसे भरा नाल बैठ के गल्लां बातां करिए मैं उहनूं कह दिंदा कि तू ट्रांसपोर्ट का कम करता लगता है, वह कहता जी जी तुहानूं पता लग गया। मैं क्या जो ट्रांसपोर्ट वाले बंदे नाल गल करिए अपनी बोल चाल दे विच वह जरूर कहता है यार तेरे तो ए लगता है भी गेड़ जा फसया होया, तेरे तो पेंचर जा होया लगता है, तेरा तो पे लगता है मैनूं उहदी शब्दावली ट्रांसपोर्ट के महकमे के नाल संबंधित जिहड़ियां गल्लां ने उहदी शब्दावली दे विच हिस्सा आ जाता है। इस तरह जे कोई बिजली महकमे च है वह दूजे नूं उदास वेख के आखेगा वह तेरे तो भाई किवें फ्यूज जोड़े पए ने, बिजली आला महकमे यह गल आम चल दया ने। इसे तरह जे कि बैंक महकमे च कोई लग्या हो तो कह दिंदा की गल है आ दिवाली आ जा होया फिर लगता है कि बैंक जेड़ा जेड़ा चेक बॉक्स तो नहीं हो गया कि तेरा,
ਇਸਾ ਦੀ ਆਜ਼ਾਦੀ ਹੈ ਤਾਂ ਇਹ ਸ਼ਬਦਾਵਲੀ ਜਿਹੋ ਜਿਹਾ ਆਪਾਂ ਕੰਮ ਕਰਦੇ ਹਾਂ ਉਹੀ ਜੀ ਸਾਡੇ ਬੋਲ ਚਾਲ ਦਾ ਹਿੱਸਾ ਬਣ ਜਾਂਦੀ ਹੈ ਤੇ ਸਾਡੇ ਭਾਰਤ ਦੇ ਵਿੱਚ ਇਹ ਸ਼ਬਦਾਵਲੀ ਬ੍ਰਾਹਮਣ ਪੁਜਾਰੀ ਵੱਲੋਂ ਲੋਕਾਂ ਦੇ ਵਿੱਚ ਸਦੀਆਂ ਤੋਂ ਪ੍ਰਚਾਰੀ ਗਈ ਸੀ ਤੇ ਲੋਕਾਂ ਨੂੰ ਇਹ ਅਨਪੜ੍ਹਤਾ ਸੀ ਕਹਾਣੀਆਂ ਸੁਣਨੀਆਂ ਪੈ ਰਹੀਆਂ ਸੀ ਤੇ ਮੈਂ ਆਪ ਆਪਣੇ ਫਾਦਰ ਸਾਹਿਬ ਤੋਂ ਬਚਪਨ ਦੇ ਵਿੱਚ ਉਹਨਾਂ ਨੇ ਮੈਨੂੰ ਆਪਣੀਆਂ ਲੱਤਾਂ ਬਾਹਾਂ ਘੁੱਟਣ ਲਾ ਲੈਣਾ ਮੈਂ ਸ਼ਰਤ ਰੱਖ ਦੇਣੀ ਕਿ ਬਾਪੂ ਜੀ ਲੱਤਾਂ ਤਾਂ ਘੁੱਟਾਂਗਾ ਜੇ ਮੈਨੂੰ ਕਹਾਣੀ ਸੁਣਾਓਗੇ ਹੁਣ ਅਨਪੜ੍ਹ ਬਾਪੂ ਜੀ ਨੇ ਕਹਾਣੀਆਂ ਰਮਾਇਣ ਦੀ ਮਹਾਭਾਰਤ ਦੀ ਜਾਂ ਇਸ ਤਰ੍ਹਾਂ ਦੀ ਕਹਾਣੀ ਮੈਨੂੰ ਸੁਣਾ ਦੇਣੀ ਭਾਵੇਂ ਬਦਲ ਬਦਲ ਕੇ ਅਦਲਾ ਬਦਲੀ ਕਰਕੇ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਉਹੀ ਸੁਣਾਈ ਜਾਂਦੇ ਸੀ ਤੇ ਉਹ ਮੇਰੇ ਦਿਮਾਗ 'ਚ ਫਰਜ਼ ਕਰੋ ਬਹਿ ਗਈਆਂ ਇਸੇ ਤਰ੍ਹਾਂ ਜਿਹੜਾ ਕੋਈ ਸਾਨੂੰ ਸੁਣਨ ਨੂੰ ਮਿਲਿਆ ਉਹ ਸਾਡੇ ਦਿਮਾਗ 'ਚ ਬੈਠ ਗਿਆ ਉਹਦੀ ਫਿਰ ਆਪਾਂ ਰੋਜ਼ਾਨਾ ਵਰਤੋਂ ਕਰਦੇ ਹਾਂ ਤੇ ਕਈ ਵਾਰੀ ਉਹਨੂੰ ਸੱਚ ਮੰਨ ਕੇ ਬਹਿ ਜਾਂਦੇ ਹਾਂ ਜਦੋਂ ਕਿ ਉਹ ਸੱਚ ਨਹੀਂ ਹੁੰਦਾ ਕਦੀ ਧਿਆਨ ਦਿਓ ਸਾਡੇ ਵਾਲੀਆਂ ਉਦਾਹਰਨਾਂ ਪੱਛਮੀ ਮੁਲਕਾਂ ਦੇ ਵਿੱਚ ਨਹੀਂ ਦਿੱਤੀਆਂ ਜਾਂਦੀਆਂ ਵਿਦੇਸ਼ਾਂ 'ਚ ਪੱਛਮੀ ਮੁਲਕਾਂ 'ਚ ਤਾਰਾ ਚੜ੍ਹਿਆ ਲੰਮਾ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਤਾਰਾ ਲੰਮਾ ਚੜ੍ਹਿਆ ਸਵੇਰ ਵੇਲੇ ਇੱਕ ਤਾਰਾ ਚੜ੍ਹਦਾ ਤੇ ਪੱਛਮੀ ਮੁਲਕਾਂ ਦੀ ਕਿਸੇ ਲਿਖਤ ਦੇ ਵਿੱਚ ਤਾਰਾ ਚੜ੍ਹਿਆ ਲੰਮਾ ਕਿਤੇ ਜ਼ਿਕਰ ਨਹੀਂ ਮਿਲੂਗਾ ਤੁਹਾਨੂੰ ਕਿਉਂਕਿ ਉੱਥੇ ਇਸ ਤਰ੍ਹਾਂ ਦਾ ਮਾਹੌਲ ਵਾਤਾਵਰਣ ਬੋਲਚਾਲ ਨਹੀਂ ਹੈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਉੱਥੇ ਬਬੀਹੇ ਨਹੀਂ ਬੋਲਦੇ ਜਾਂ ਇਸ ਤਰ੍ਹਾਂ ਕੋਰੀ ਰੁਣ ਝੁਣ ਲਾਇਆ ਉੱਥੇ ਮੋਰ ਪਹਿਲਾਂ ਨਹੀਂ ਪਾਉਂਦੇ ਉਹਨਾਂ ਦੀ ਲਿਖਤਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ ਤੋਂ ਜਿਹੋ ਜਿਹਾ ਮਾਹੌਲ ਹੁੰਦਾ ਹੈ ਵਾਤਾਵਰਣ ਹੁੰਦਾ ਹੈ ਲੋਕਾਂ ਦੀ ਸਭਿਅਤਾ ਹੁੰਦੀ ਹੈ ਹਾਂਜੀ ਉਹ ਆਸ ਕਰਦੇ ਆ ਥੋੜੀ ਜਿਹੀ ਮੈਨੂੰ ਲੱਗਦਾ ਡਿਸਟਰਬੈਂਸ ਆਈ ਸੀ ਪਰ ਗੱਲ ਪ੍ਰੋਫੈਸਰ ਸਾਹਿਬ ਦੀ ਜਿਹੜੀ ਹੈਗੀ ਹੈ ਪੂਰੀ ਸਾਡੇ ਤੱਕ ਪਹੁੰਚ ਗਈ ਹੈ ਕਿਉਂ ਸਮਝਣਾ ਜ਼ਰੂਰੀ ਹੈ ਸਾਡੇ ਲਈ ਭਾਈ ਲੌਜੀਕ ਨਾਲ ਜ਼ਿੰਦਗੀ ਜਿਉਣੀ ਪੈਣੀ ਹੈ ਸਾਨੂੰ ਮੈਜੀਕਲ ਤਰੀਕੇ ਦੇ ਨਾਲ ਕੁਛ ਵੀ ਨਹੀਂ ਹੁੰਦਾ ਗਾ ਐਗਜ਼ਾਮਪਲਾਂ ਜਿੰਨੀਆਂ ਜਿੰਨੀ ਗੁਰਬਾਣੀ ਦੇ ਵਿੱਚ ਹਕੀਕਤ ਹੈ ਜੀ ਬਿਲਕੁਲ ਇਹ ਗੱਲ ਜਿੰਨੀ ਵੀ ਕੀਤੀ ਗਈ ਹੈ ਗਰਾਊਂਡ ਲੈਵਲ ਦੀ ਕੀਤੀ ਗਈ ਹੈ ਮੋਰ ਦੀ ਐਗਜ਼ਾਮਪਲ ਕੀਤੀ ਦਿੱਤੀ ਗਈ ਹੈ ਤਾਂ ਇੱਥੇ ਹੀ ਹੈ ਮੋਰ ਬਬੀਹਾ ਵੀ ਇੱਥੇ ਹੀ ਹੈ ਕਿਤੇ ਪਾਸੇ ਥੋੜੀ ਗਿਆ ਜਿੰਨੇ ਉਦਾਹਰਣ ਦਿੱਤੇ ਗਏ ਜਾਂ ਤਾਂ ਉਹ ਪ੍ਰਚਲਿਤ ਹੈਗੀ ਆ ਜਾਂ ਸਾਡੇ ਅੱਖਾਂ ਦੇ ਸਾਹਮਣੇ ਹੈਗੇ ਆ ਕੁਛ ਵੀ ਐਸਾ ਨਹੀਂ ਜਿਹੜਾ ਹੋਰ ਕਿਤੋਂ ਪਾਸਿਓਂ ਲਿਆ ਕੇ ਦਿੱਤਾ ਗਿਆ ਹੋਵੇ ਅਗਲਾ ਸਵਾਲ ਆਪਾਂ ਪ੍ਰੋਫੈਸਰ ਸਾਹਿਬ ਦੇ ਨਾਲ ਸਾਂਝਾ ਕਰਦੇ ਹਾਂ ਪ੍ਰੋਫੈਸਰ ਸਾਹਿਬ ਸਵਾਲ ਨੰਬਰ 408 ਹੈਗਾ ਜੀ ਦਲਵੀਰ ਸਿੰਘ ਬਲਾਚੌਰ ਦੇ ਰਹਿਣ ਵਾਲੇ ਆ ਇਹਨਾਂ ਦਾ ਸਵਾਲ ਬੜਾ ਸਿੱਧਾ ਤੇ ਸਿੰਪਲ ਜਿਹਾ ਜੀ ਹਰ ਬੰਦੇ ਦੇ ਦਿਮਾਗ ਦੇ ਵਿੱਚ ਆ ਜਾਂਦਾ ਹੈ ਜਿਨ੍ਹਾਂ ਦੇ ਮਤਲਬ ਦਿਮਾਗ ਦੇ ਵਿੱਚ ਧਰਮ ਜ਼ਿਆਦਾ ਹਾਵੀ ਹੋਇਆ ਹੋਵੇ ਆਪਣੇ ਆਪਣਾ ਮਜ਼ਹਬ ਜ਼ਿਆਦਾ ਹਾਵੀ ਹੋਇਆ ਹੋਵੇ ਇੱਕ ਕਮਿਊਨਿਟੀ ਨੂੰ ਬੰਦਾ ਬਿਲੋਂਗ ਕਰਦਾ ਜਿਵੇਂ ਮੈਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦਾ ਮੇਰੇ ਦਿਮਾਗ ਦੇ ਵਿੱਚ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਵੀ ਮੈਂ ਜਿਹੜਾ ਫਤਿਹ ਬੁਲਾਉਂਦਾ ਫਤਿਹ ਬੋਲਣ ਸਾਰੇ ਉਹਨਾਂ ਦਾ ਸਵਾਲ ਹੈ ਜੇ ਸਾਨੂੰ ਕੋਈ ਹਿੰਦੂ ਰਾਮ ਰਾਮ ਬੋਲਦਾ ਜਾਂ ਕੋਈ ਮੁਸਲਮਾਨ ਜਿਵੇਂ ਉਹ ਖੁਦਾ ਹਾਫਿਜ਼ ਕਹਿੰਦੇ ਆ ਜਾਂ ਵਾਲੇਕੁਮ ਅਸਲਾਮ ਕਹਿੰਦੇ ਆ ਉਹ ਸਾਨੂੰ ਅੱਗੋਂ ਬੋਲਦੇ ਆ ਤਾਂ ਕੀ ਸਾਨੂੰ ਉਹਨਾਂ ਦੀ ਬੋਲੀ 'ਚ ਜਵਾਬ ਦੇਣਾ ਚਾਹੀਦਾ ਜਾਂ ਆਪਣੀ ਬੋਲੀ 'ਚ ਜਵਾਬ ਦੇਣਾ ਚਾਹੀਦਾ ਆਪਾਂ ਜੀ ਇਸ ਗੱਲ ਤੇ ਬਹੁਤ ਖੁਸ਼ ਹੁੰਦੇ ਆ ਜਦੋਂ ਕਿ ਵਿਦੇਸ਼ ਦੇ ਵਿੱਚੋਂ ਚਾਹੇ ਮਲਕਾ ਵਿਕਟੋਰੀਆ ਇੰਗਲੈਂਡ ਤੋਂ ਹੋਵੇ ਚਾਹੇ ਟਰੂਡੋ ਹੋਵੇ ਤੇ ਚਾਹੇ ਉਹ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਜਦੋਂ ਪੰਜਾਬ ਆਉਂਦੇ ਨੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ ਸਾਨੂੰ ਚਾਹ ਚੜ੍ਹ ਜਾਂਦਾ ਉਹ ਉਹੀ ਕੰਮ ਕਰਦੇ ਨੇ ਜਿਹੜਾ ਅਸੀਂ ਚਾਹੁੰਦੇ ਹਾਂ ਭਾਵ ਕੇ ਸਿਰ ਢੱਕਣਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਕੁਝ ਸਮਾਂ ਬੈਠ ਕੇ ਕੀਰਤਨ ਸੁਣਨਾ ਫਿਰ ਉੱਥੇ ਆਪਣੀ ਹਾਜ਼ਰੀ ਰਜਿਸਟਰ ਦੇ ਵਿੱਚ ਲਵਾਉਣੀ ਹੈ ਤੇ ਇਹ ਕਹਿਣਾ ਕਿ ਸਿੱਖ ਧਰਮ ਬਹੁਤ ਮੈਨੂੰ ਵਧੀਆ ਲੱਗਿਆ ਇਹ ਸਾਰੀ ਉਹਨੇ ਸਾਨੂੰ ਕਰਨ ਵਾਸਤੇ ਪਰੰਪਰਾ ਨਿਭਾਈ ਹੁੰਦੀ ਹੈ ਤੇ ਜਦੋਂ ਉਹ ਇੰਨੇ ਵੱਡੇ ਹੋ ਕੇ ਸਾਡੀ ਖੁਸ਼ੀ ਵਾਸਤੇ ਇਹ ਸਾਰਾ ਕੰਮ ਕਰਦੇ ਨੇ ਅਸੀਂ ਦੂਜਿਆਂ ਦੀ ਖੁਸ਼ੀ ਵਾਸਤੇ ਰਾਮ ਰਾਮ ਜਾਂ ਵਾਲੇਕਮ ਸਲਾਮ ਉਹ ਕਿਉਂ ਨਹੀਂ ਕਹਿ ਸਕਦੇ ਜਦੋਂ ਅਸੀਂ ਵੀ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ ਤਾਂ ਜੇ ਕੋਈ ਮਸਜਿਦ ਦੇ ਵੀ ਜਾਣਾ ਪੈ ਗਿਆ ਤਾਂ ਇਹ ਕੋਈ ਬੁਰਾ ਨਹੀਂ ਹੈ ਤੇ ਜੇ ਸਾਨੂੰ ਕਿਤੇ ਚਰਚ ਦੇ ਵੀ ਜਾਣਾ ਪੈ ਗਿਆ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਜੇ ਕਿਤੇ ਹਿੰਦੂ ਭਰਾਵਾਂ ਦੇ ਖੁਸ਼ੀ ਵਾਸਤੇ ਮੰਦਿਰ ਦੇ ਵਿੱਚ ਕੁਝ ਸਮੇਂ ਵਾਸਤੇ ਜਾਣਾ ਪੈ ਗਿਆ ਉਹਨਾਂ ਨੂੰ ਵਧਾਈ ਦੇਣੀ ਪਏਗੀ ਕੋਈ ਬੁਰਾਈ ਨਹੀਂ ਹੈ ਉਹਨਾਂ ਦੀ ਖੁਸ਼ੀ ਵਾਸਤੇ ਜੇ ਉਹ ਰਾਮ ਰਾਮ ਕਹਿੰਦੇ ਨੇ ਤਾਂ ਰਾਮ ਰਾਮ ਕਹਿਣ ਨਾਲ ਸਾਡਾ ਕੁਝ ਧਰਮ ਨਹੀਂ ਬਦਲ ਜਾਂਦਾ ਜਦੋਂ ਬਾਹਰਲੇ ਦੇਸ਼ਾਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਹੋਰ ਕਿੰਨੇ ਸਾਰੇ ਯਾਤਰੂ ਆਉਂਦੇ ਨੇ ਉਹ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਕੋਈ ਉਹਨਾਂ ਦਾ ਧਰਮ ਨਹੀਂ ਬਦਲ ਗਿਆ ਤਾਂ ਸਾਡਾ ਵੀ ਏਡੀ ਛੇਤੀ ਧਰਮ ਨਹੀਂ ਬਦਲ ਜਾਂਦਾ ਬਲਕਿ ਇਹ ਸੱਭਿਆਚਾਰਕ ਤੌਰ ਤਰੀਕੇ ਨੇ ਇੱਕ ਦੂਜੇ ਨਾਲ ਸਹਿਯੋਗ ਕਰਨ ਦੇ ਸਾਥ ਦੇਣ ਦੇ ਜਦੋਂ ਅਸੀਂ ਭਾਰਤ ਦਾ ਸੰਵਿਧਾਨ ਮੰਨਦੇ ਹਾਂ ਤੇ ਭਾਰਤ ਦੇ ਲੋਕਾਂ 'ਚ ਸਾਡਾ ਰਹਿਣਾ ਸਹਿਣਾ ਹੈ ਤਾਂ ਇਹਨਾਂ ਦੇ ਨਾਲ ਸਹਿਯੋਗ ਕਰਨਾ ਵੀ ਸਾਡੇ ਵਾਸਤੇ ਜ਼ਰੂਰੀ ਹੈ ਜੇ ਕੋਈ ਰਾਮ ਰਾਮ ਕਹਿੰਦਾ ਜਾਂ ਸਲਾਮਾ ਲੇਕਮ ਕਹਿੰਦਾ ਉਸੇ ਭਾਸ਼ਾ ਦੇ ਵੀ ਜਵਾਬ ਦੇਣਾ ਕੋਈ ਬੁਰਾਈ ਨਹੀਂ ਹੈ ਅੱਜ ਕੱਲ੍ਹ ਤਾਂ ਗੱਲਾਂ ਵੀ ਬੜੀਆਂ ਬਦਲੀਆਂ ਪਈਆਂ ਨੇ ਅੱਜ ਕੱਲ੍ਹ ਤਾਂ ਆਪਾਂ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ ਵੀ ਕਹਿ ਦਿੰਦੇ ਹਾਂ ਜਾਂ ਅੰਗਰੇਜ਼ਾਂ ਦੇ ਵਿੱਚ ਤਾਂ ਦੇਖਿਆ ਮੈਂ ਗੋਰਿਆਂ 'ਚ ਉਹ ਤਾਂ ਐਂ ਕਰਦੇ ਨੇ ਹਾਏ ਹਾਏ ਬਸ ਹਾਏ ਕਰਕੇ ਲੰਘ ਜਾਂਦੇ ਨੇ ਤੇ ਵਿਦੇਸ਼ਾਂ ਦੇ ਵੀ ਸਾਡੇ ਭਰਾ ਵੀ ਹਾਏ ਕਰਕੇ ਲੰਘ ਜਾਂਦੇ ਨੇ ਤੋ ਇਸ ਕਰਕੇ
ਗੱਲ ਹੈ ਸਾਡੇ ਮਾਨਸਿਕ ਬਣਤਰ ਦੀ। ਅਸੀਂ ਦੂਜੇ ਨਾਲ ਸਤਿਕਾਰ ਸਹਿਤ ਵਰਤਾਓ ਕਰਨਾ, ਪਿਆਰ ਭਰਿਆ ਵਤੀਰਾ ਕਰਨਾ। ਜੇ ਕਿਤੇ ਮਿਲਣ ਗਿਲਣ ਦੇ ਵਿੱਚ ਕੰਮ ਧੰਦੇ ਚ ਇੱਕ ਦੂਜੇ ਦੇ ਸਾਥ ਦੀ ਲੋੜ ਪੈਗੀ ਤਾਂ ਚੰਗੇ ਤਰੀਕੇ ਨਾਲ ਉਹਦੀ ਮਦਦ ਕਰਨੀ ਹੈ ਤੇ ਲੈਣੀ ਹੈ। ਅਸੀਂ ਇਹ ਇਨਸਾਨੀਅਤ ਦੇ ਗੁਣ ਸਿੱਖਣੇ ਸੀ, ਇਹ ਫਤਿਹ ਬੁਲਾਉਣੀ ਹੈ, ਸਤਿ ਸ੍ਰੀ ਅਕਾਲ ਬੁਲਾਉਣੀ ਹੈ ਜਾਂ ਫਿਰ ਸਲਾਮ ਅਲੈਕਮ ਕਹਿਣਾ ਹੈ। ਇਹ ਤਾਂ ਦੂਜੇ ਨੂੰ ਖੁਸ਼ ਕਰਨ ਦਾ ਇੱਕ ਤਰੀਕਾ ਹੈ, ਮਿਲਵਰਤਨ ਦਾ ਇੱਕ ਢੰਗ ਹੈ। ਇਹਦੇ ਵਿੱਚ ਜੇ ਉਹਨਾਂ ਨੂੰ ਅਸੀਂ ਉਹਨਾਂ ਦਾ ਸਭਿਅਤਾ ਦਾ ਖਿਆਲ ਕਰਦੇ ਹਾਂ, ਧਰਮ ਦਾ ਖਿਆਲ ਕਰਦੇ ਹਾਂ, ਸਲਾਮ ਅਲੈਕਮ ਜਾਂ ਰਾਮ ਰਾਮ ਕਹਿ ਦਿਆਂਗੇ, ਇਹਦੇ ਨਾਲ ਕੋਈ ਸਾਡਾ ਧਰਮ ਨਹੀਂ ਕਿਤੇ ਜਾਣ ਲੱਗਾ। ਇਸੇ ਪ੍ਰੋਫੈਸਰ ਸਾਹਿਬ ਮੈਨੂੰ ਲੱਗਦਾ ਨਾ ਜਿਹੜਾ ਪੁਰਾਣੇ ਹਿੰਦੂਆਂ ਦੇ ਰੀਤੀ ਰਿਵਾਜ ਹੋਣੇ ਆ, ਜਿਹੜਾ ਜਿਵੇਂ ਅੱਜ ਮੈਂ ਜਾਗਰੂਕਾਂ ਨੂੰ ਦੇਖਦਾ, ਮੈਂ ਜਾਗਰੂਕਾਂ ਦੇ ਵਿੱਚ ਰਹਿ ਕੇ ਆਇਆ, ਜਿਸ ਤਰ੍ਹਾਂ ਦੀ ਉਹਨਾਂ ਦਾ ਜਿਵੇਂ ਉਹਨਾਂ ਦਾ ਦਿਮਾਗ ਕੰਮ ਕਰਦਾ ਹੈ, ਹਿੰਦੂਆਂ ਦੇ ਰੀਤੀ ਰਿਵਾਜਾਂ ਦੇ ਵਿੱਚ ਜੇ ਮੇਰੇ ਖਿਆਲ ਚ ਕਿਸੇ ਜਾਗਰੂਕ ਨੂੰ ਕਹਿ ਦਈਏ ਵੀ ਹਵਨ ਹੁੰਦਾ ਹੈ ਤੇ ਭਾਈ ਤੁਹਾਨੂੰ ਹਵਨ ਦੇ ਵਿੱਚ ਸੱਦਿਆ ਤੇ ਸ਼ਰੀਕ ਹੋਣਾ, ਮੈਨੂੰ ਨਹੀਂ ਲੱਗਦਾ ਉਹ ਜਾਣਗੇ ਤੇ ਜਿਹੋ ਜਿਹਾ ਜਵਾਬ ਦੇਣਗੇ ਤੁਹਾਨੂੰ ਵੀ ਪਤਾ। ਮਸ਼ੀਨਰੀ ਤੇ ਜਾਗਰੂਕ ਉਹ ਅਗਲਿਆਂ ਦੇ ਤਾਂ ਨਹੀਂ ਗਏਗੇ, ਪਰ ਉਦੋਂ ਬਾਅਦ ਕਿਤੇ ਨਾ ਕਿਤੇ ਉਹ ਕਹਿੰਦੇ ਵੀ ਤੁਸੀਂ ਰਮਾਇਣ ਦੇ ਪਾਠ ਚ ਤੁਹਾਡੇ ਤਾਂ ਸਿੱਖ ਨਹੀਂ ਜਾ ਸਕਦੇ, ਚਲੋ ਕੋਈ ਨੀ ਤੁਸੀਂ ਐਂ ਕਰੋ ਘਰੇ ਆਪਦੇ ਦੂਜਾ ਪਾਠ ਕਰ ਲਿਆ ਕਰੋ, ਸੁਖਮਨੀ ਸਾਹਿਬ ਦੇ ਚਾਲੂ ਹੋਏ ਜਾ, ਉਹ ਸਾਰਾ ਕੁਛ ਇੱਥੋਂ ਹੀ ਨਿਕਲਿਆ। ਤਾਂ ਕੋਈ ਐਸੀ ਬੁਰਾਈ ਨਹੀਂ ਹੈਗੀ ਭਾਈ ਕਿਸੇ ਦੇ ਤਿਉਹਾਰ ਦੇ ਵਿੱਚ ਸ਼ਰੀਕ ਹੋਣਾ, ਕਿਸੇ ਦੀਆਂ ਮਨੌਤਾਂ ਦੇ ਵਿੱਚ ਜਾ ਕੇ ਸ਼ਰੀਕ ਹੋਣ ਦੇ ਨਾਲ ਕਦੇ ਬੰਦਾ ਬੁਰਾ ਨਹੀਂ ਹੁੰਦਾ। ਆਪਣਾ ਲਾਈਫ ਸਟੈਂਡਰਡ ਆਪਣੇ ਆਪ ਨੂੰ ਪਾਸੇ ਕਰਕੇ ਰੱਖਣਾ ਹੁੰਦਾ, ਅਸੀਂ ਆਪਣਾ ਜਿਹੜਾ ਤੌਰ ਤਰੀਕਾ ਸਾਡਾ ਉਹ ਵੱਖਰਾ ਚਾਹੀਦਾ। ਕਿਸੇ ਦੇ ਤਿਉਹਾਰ ਦੇ ਵਿੱਚ ਅਸੀਂ ਬਿਲਕੁਲ ਸ਼ਰੀਕ ਹੋ ਸਕਦੇ ਹਾਂ ਜੀ। ਅਗਲਾ ਜਿਹੜਾ ਸਵਾਲ ਹੈਗਾ ਜੀ 409 ਨੰਬਰ, ਇਹ ਹਿੰਦੀ ਦੇ ਵਿੱਚ ਪ੍ਰੋਫੈਸਰ ਲਿਖ ਕੇ ਭੇਜਿਆ ਗਿਆ ਸੀਗਾ, ਸ਼ਾਇਦ ਪੰਜਾਬੀ ਦੇ ਵਿੱਚ ਹੱਥ ਤੰਗ ਹੋਣਾ ਉਹਨਾਂ ਦਾ। ਕੇਸਰ ਸਿੰਘ ਬਾਸੀ ਹੈ ਪੁਣੇ ਤੋਂ, ਮੈਂ ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਤੁਹਾਡੇ ਅੱਗੇ ਰੱਖਣ ਲੱਗੇ ਹਾਂ। ਉਹਨਾਂ ਦਾ ਸਵਾਲ ਹੈ ਜੀ, ਜਿਹੜਾ ਰਿਗ ਵੈਦਿਕ ਕਾਲ ਹੈ ਉਹਨੂੰ ਪੂਰਵ ਵੈਦਿਕ ਕਾਲ ਵੀ ਕਹਿੰਦੇ ਆ, ਅਸੀਂ ਕਿਤਾਬਾਂ ਦੇ ਵਿੱਚ ਇਹਨੂੰ ਪੜ੍ਹਿਆ ਵੀ ਹੈ। ਉਹ ਕਹਿੰਦੇ ਆ ਜਿਹੜਾ ਇਹ ਪੂਰਵ ਵੈਦਿਕ ਕਾਲ ਹੈ ਜਾਂ ਰਿਗ ਵੈਦਿਕ ਜਿਹੜਾ ਇਹ ਕਾਲ ਹੈਗਾ, ਇਹਦੇ 8 ਭਾਗ ਹੈ। ਉਹਦੇ ਵਿੱਚ ਪਹਿਲਾ ਤੇ 10ਵਾਂ ਭਾਗ ਹੈ ਜਿਹੜਾ ਉਹਨਾਂ ਦੇ ਵਿੱਚ ਲਿਖਿਆ ਹੋਇਆ ਮੂਰਤੀ ਪੂਜਾ ਬਾਰੇ ਤੇ ਮੰਦਰਾਂ ਬਾਰੇ। ਜਾਣਨਾ ਚਾਹੁੰਦੇ ਆ ਵੀ ਮੂਰਤੀ ਪੂਜਾ ਕਦੋਂ ਸ਼ੁਰੂ ਹੋਈ ਸੀ ਔਰ ਮੰਦਰ ਜਿਹੜੇ ਜਿਹੜੀ ਬਣਤਰ ਹੈ, ਚਾਹੇ ਗੁਰਦੁਆਰੇ ਆ ਮੰਦਰ ਮਸਜਿਦ ਹੈ, ਇਹ ਕਦੋਂ ਹੋਂਦ ਵਿੱਚ ਆਈ? ਅਸਲ ਦੇ ਵਿੱਚ ਜੀ ਇਹ ਜਿਹੜਾ ਇੱਕ ਜਿਹੜੇ ਵੱਡੇ ਵੱਡੇ ਚਿੱਤਰਕਾਰ ਨੇ ਮੂਰਤੀ ਘਾੜੇ ਨੇ, ਉਹਨਾਂ ਦੇ ਮਨ ਦੀ ਇੱਕ ਵੇਦਨਾ ਸੀ, ਕਲਪਨਾ ਸੀ ਉਹਨਾਂ ਦੀ। ਉਹ ਕੁਝ ਸਮਾਜ ਨੂੰ ਜਿਵੇਂ ਅੱਜ ਅਸੀਂ ਕੁਝ ਲਿਖ ਕੇ ਦੇਣਾ ਚਾਹੁੰਦੇ ਹਾਂ ਜਾਂ ਟੀਵੀ ਚੈਨਲਾਂ ਤੇ ਬਹੁਤ ਕੁਝ ਸਾਡੇ ਸਾਹਮਣੇ ਰੱਖਿਆ ਜਾਂਦਾ ਹੈ, ਵਿਗਿਆਨਿਕ ਕਾਢਾਂ ਨਿਕਲਦੀਆਂ ਨੇ। ਅੱਗੇ ਇੰਨਾ ਕੁਛ ਨਹੀਂ ਸੀ, ਜਿਹੜੇ ਬੰਦੇ ਕੋਲੇ ਆਮ ਲੋਕਾਂ ਨਾਲੋਂ ਕੁਝ ਅਕਲ ਵੱਧ ਸੀ, ਹਿੰਮਤ ਹੌਸਲਾ ਜ਼ਿਆਦੇ ਸੀ, ਉਹ ਕੋਈ ਸਮਾਜ ਨੂੰ ਨਵੀਂ ਚੀਜ਼ ਦੇਣਾ ਚਾਹੁੰਦਾ ਸੀ। ਇਹ ਵੈਦਿਕ ਕਾਲ ਤੋਂ ਬਾਅਦ ਦਾ ਹਿੱਸਾ ਜਿਹੜਾ ਉਹਦੇ ਵਿੱਚ ਮੂਰਤੀਆਂ ਘੜਨ ਵਾਲੇ ਬਹੁਤ ਸਾਰੇ ਇਹੋ ਜਿਹੇ ਬੰਦੇ ਆਏ ਨੇ, ਉਹ ਆਪਣੀ ਕਲਾਕਾਰੀ ਦੇ ਜੌਹਰ ਦਿਖਾਉਣੇ ਚਾਹੁੰਦੇ ਸੀ। ਤੇ ਜਦੋਂ ਕੋਈ ਮੂਰਤੀ ਬਣ ਕੇ ਤਿਆਰ ਹੋ ਜਾਂਦੀ ਸੀ, ਇਹ ਤਾਂ ਬਹੁਤ ਬਾਅਦ ਦੇ ਵਿੱਚ ਉਹਨੂੰ ਦੇਵੀ ਦੇਵਤਿਆਂ ਦੇ ਨਾਮ ਦੇ ਨਾਲ ਜੋੜ ਦਿੱਤਾ ਗਿਆ। ਪਹਿਲੀ ਗੱਲ ਤਾਂ ਇਹ ਹੈ, ਇੱਕੋ ਜੇ ਸ਼ਿਵਜੀ ਦੀ ਮੂਰਤੀ ਨੂੰ ਰੱਬ ਆਖੀਏ ਤਾਂ ਸ਼ਿਵਜੀ ਦੀਆਂ ਮੂਰਤੀਆਂ ਅਨੇਕਾਂ ਕਿਸਮਾਂ ਦੀਆਂ ਨੇ, ਇੱਕੋ ਕਿਸਮ ਦੀ ਥੋੜਾ। ਤੇ ਇਹਦਾ ਮਤਲਬ ਹੈ ਕਿ ਸ਼ਿਵਜੀ ਭਗਵਾਨ ਕੋਈ ਆਪਣੀਆਂ ਵੱਖੋ ਵੱਖਰੀਆਂ ਫੋਟੋਆਂ ਖਿਚਾਉਂਦਾ ਫਿਰਦਾ ਰਿਹਾ ਸੀ। ਜਦੋਂ ਕਿ ਜਦੋਂ ਆਪਾਂ ਪੜ੍ਹੀਏ ਸ਼ਿਵਜੀ ਦੇ ਕੰਮ ਤਾਂ ਉਹ ਪੂਰੀ ਤਰ੍ਹਾਂ ਪੁਰਾਣਿਕ ਪਾਤਰਤਾ ਨਜ਼ਰ ਆਉਂਦਾ, ਵਿਗਿਆਨਿਕ ਆਧਾਰ ਤੇ ਉਹਦੇ ਕੰਮ ਖਰੇ ਨਹੀਂ ਉਤਰਦੇ। ਇਸੇ ਤਰ੍ਹਾਂ ਜਿਹੜੀਆਂ ਹੋਰ ਪੂਜਾਵਾਂ ਦੀਆਂ ਮੂਰਤੀਆਂ ਬਣੀਆਂ ਨੇ, ਉਹ ਵੀ ਇਸ ਤਰ੍ਹਾਂ ਹੀ ਕਲਪਨਾ ਕਰਕੇ ਕਿਸੇ ਦੇਵੀ ਦੇਵਤੇ ਦਾ ਨਾਮ ਧਰ ਕੇ ਉਹਨਾਂ ਨੂੰ ਉਸ ਤਰ੍ਹਾਂ ਮਿੱਥ ਦਿੱਤਾ ਗਿਆ। ਤੇ ਇਹੋ ਜਿਹਾ ਤੇ ਪਹਿਲਾਂ ਚੀਨ ਦੇ ਵਿੱਚ ਵੀ ਬੜੀਆਂ ਮੂਰਤੀਆਂ ਬਣੀਆਂ ਹੋਈਆਂ ਸੀ। ਇੱਥੋਂ ਤੱਕ ਚੀਨ ਵਾਲਿਆਂ ਦਾ ਵਿਸ਼ਵਾਸ ਸੀ ਕਿ ਜਦੋਂ ਰਾਜਾ ਮਹਾਰਾਜਾ ਮਰ ਜਾਵੇ ਉਹਨੂੰ ਦਫ਼ਨ ਕਰ ਦਿਓ, ਪਰ ਉਹ ਫਿਰ ਵੀ ਰੱਬ ਕੋਲੇ ਜਾਂਦਾ, ਉੱਪਰ ਇੱਥੇ ਨਹੀਂ ਰਹਿੰਦਾ ਤੇ ਉਹ ਜਿਉਂਦਾ ਰਹਿੰਦਾ। ਹਾਲਾਂਕਿ ਉਹ ਮਰ ਗਿਆ ਤੇ ਉਹਨੂੰ ਦਬ ਦਿੱਤਾ ਕਬਰਾਂ ਦੇ ਵਿੱਚ, ਪਰ ਲੋਕਾਂ ਦਾ ਵਿਸ਼ਵਾਸ ਸੀ ਕਿ ਉਹ ਜਿਉਂਦਾ, ਉਹ ਮਰਦਾ ਨਹੀਂ ਹੈ। ਤੇ ਇਸੇ ਕਰਕੇ ਉਹ ਇਸੇ ਤਰ੍ਹਾਂ ਕਬਰ ਚੋਂ ਨਿਕਲ ਕੇ ਉੱਪਰ ਕਿਤੇ ਰੱਬ ਕੋਲੇ ਚਲਾ ਜਾਵੇਗਾ। ਤਾਂ ਇਸੇ ਵਿਸ਼ਵਾਸ ਦੇ ਅਧੀਨ ਰਾਜੇ ਦੇ ਸਭ ਤੋਂ ਪਿਆਰੇ ਨੌਕਰ ਅਤੇ ਉਹਦੀਆਂ ਰਾਣੀਆਂ ਉਹਨਾਂ ਨੂੰ ਵੀ ਜਿਉਂਦੇ ਜੀ ਕਬਰਾਂ ਦੇ ਵਿੱਚ ਦਬਾ ਦਿੱਤਾ ਜਾਂਦਾ ਸੀ ਤੇ ਉਹਦੇ ਪਿਆਰੇ ਘੋੜੇ ਵੀ ਕਬਰਾਂ ਦੇ ਵਿੱਚ ਦਬਾ ਦਿੱਤੇ ਜਾਂਦੇ ਸੀ। ਤੇ ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਪਰੰਪਰਾ ਹਟੀ ਹੈ, ਇਹ ਨਾ ਸਮਝੀ ਦੇ ਕਾਰਨ ਇਹੋ ਜਿਹੀਆਂ ਪਰੰਪਰਾਵਾਂ ਬਹੁਤ ਸਮੇਂ ਸਾਰੀ ਦੁਨੀਆਂ 'ਚ ਚੱਲਦੀਆਂ ਰਹੀਆਂ ਨੇ। ਇੱਥੇ ਆਪਾਂ ਆਈਏ ਮੁੜ ਕੇ ਕਿ ਹਿੰਦੂ ਧਰਮ ਦੇ ਵਿੱਚ ਜਿਹੜੀਆਂ ਕਲਾਕਾਰਾਂ ਨੇ ਮੂਰਤੀਆਂ ਘੜੀਆਂ, ਉਹ ਮੂਰਤੀਆਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਨੂੰ ਸਭਿਅਕ ਤੌਰ ਤੇ ਆਪਾਂ ਪਰਿਵਾਰ ਰਲ ਕੇ ਜਿਵੇਂ ਖਾਜੂ ਰਾਹੋ ਵਗੈਰਾ ਦੀਆਂ ਮੂਰਤੀਆਂ ਨੇ, ਪਰਿਵਾਰ ਆਪਸ ਦੇ ਵਿੱਚ ਇਕੱਠਾ ਹੋ ਕੇ ਧੀਆਂ ਪੁੱਤਰਾਂ ਸਮੇਤ ਔਰਤਾਂ ਅਤੇ ਪੁਰਸ਼ਾਂ ਦੇ ਸਮੇਤ ਇਕੱਠੇ ਹੋ ਕੇ ਜੱਬਲਪੁਰ ਦੀਆਂ ਜਿਹੜੀਆਂ ਖਾਜੂ ਰਾਹੋ ਦੀਆਂ ਮੂਰਤੀਆਂ ਨੇ
ਉਹਨਾਂ ਨੂੰ ਦੇਖਣ ਦੀ ਹਿੰਮਤ ਵੀ ਕੋਈ ਨਹੀਂ ਕਰਦਾ। ਇਹ ਉਹਨਾਂ ਜਿਹੜੇ ਕਲਾਕਾਰ ਸੀ ਇਹ ਉਹਨਾਂ ਦੇ ਮਨ ਦੀ ਕਲਪਨਾ ਹੋ ਸਕਦੀ ਹੈ, ਇਹ ਆਮ ਨਾ ਰੱਬ ਨੇ ਨਾ ਰੱਬ ਨੇ ਇਹਨਾਂ ਨੂੰ ਬਣਾ ਕੇ ਭੇਜਿਆ। ਸੋ ਇਹ ਮੂਰਤੀ ਪੂਜਾ ਵੇਦਾਂ ਦੀ ਸਿੱਖਿਆ ਤੋਂ ਬਹੁਤ ਬਾਅਦ ਦੇ ਵਿੱਚ ਬਣੀਆਂ ਨੇ, ਤੇ ਬਾਅਦ ਚ ਇਹ ਵੀ ਕਲਪਨਾ ਕਰ ਲਈ ਗਈ ਕਿ ਜਿਹੜਾ ਬੰਦਾ ਬਣ ਮਰ ਜਾਂਦਾ ਹੈ ਉਹਦੀ ਮੂਰਤੀ, ਅੱਜ ਤਾਂ ਫੋਟੋਆਂ ਬਣਾ ਲੈਂਦੇ ਆਪਾਂ, ਫੋਟੋਆਂ ਰੱਖ ਲੈਂਦੇ ਹਾਂ, ਵੀਡੀਓ ਬਣਾ ਕੇ ਰੱਖ ਲੈਂਦੇ ਹਾਂ। ਉਹਨਾਂ ਜ਼ਮਾਨਿਆਂ ਚ ਵੀਡੀਓ ਫੋਟੋ ਹੈ ਨਹੀਂ ਸੀ, ਤੇ ਉਹਦੀ ਮੂਰਤੀ ਕਿਸੇ ਨੇ ਕਲਮ ਨਾਲ ਬਣਾ ਦਿੱਤੀ, ਥੋੜਾ ਬਹੁਤ ਜਿੰਨਾ ਸ਼ਾਹੀ ਕਲਮ ਮਿਲ ਸਕਦੀ ਸੀ, ਕਈਆਂ ਨੇ ਮਿੱਟੀ ਦੀ ਬਣਾ ਦਿੱਤੀ, ਕਿਸੇ ਨੇ ਪੱਥਰ ਦੀ ਬਣਾ ਦਿੱਤੀ। ਮਹਾਤਮਾ ਬੁੱਧ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਮਹਾਤਮਾ ਬੁੱਧ ਦੀਆਂ ਅਣਗਿਣਤ ਪੱਥਰ ਦੀਆਂ ਮੂਰਤੀਆਂ ਬਣਾ ਦਿੱਤੀਆਂ। ਇਹ ਆਪੋ ਆਪਣੇ ਕਲਾਕਾਰਾਂ ਦਾ ਇੱਕ ਉਹਨਾਂ ਦੇ ਮਨ ਦੀ ਵੇਦਨਾ ਸੀ ਕਿ ਮੈਂ ਇਹ ਆਪਣੇ ਗੁਰੂ ਨੂੰ ਪੀਰ ਨੂੰ ਇਸ ਤਰ੍ਹਾਂ ਮੂਰਤੀ ਰੂਪ ਚ ਲੋਕਾਂ ਦੇ ਸਾਹਮਣੇ ਰੱਖਾਂ। ਐਕਚੁਅਲ ਉਹਨਾਂ ਦੀਆਂ ਮੂਰਤੀਆਂ ਇਹ ਨਹੀਂ ਹੈਗੀਆਂ, ਇਹ ਤਾਂ ਜਦੋਂ ਉੱਤਰੀ ਭਾਰਤ ਦੇ ਵਿੱਚ ਚੰਗਾ ਮੌਸਮ ਸੀ, ਚੰਗੀ ਮੀਂਹ ਪੈਂਦਾ ਸੀ, ਬਾਰਿਸ਼ ਹੁੰਦੀ ਸੀ, ਤੇ ਸੁਹਾਵਣਾ ਰਹਿਣ ਸਹਿਣ ਦਾ ਢੰਗ ਸੀ, ਸੌਖਿਆਂ ਰੋਟੀ ਮਿਲ ਜਾਂਦੀ ਸੀ, ਫਿਰ ਜਿਹੜੇ ਲੋਕ ਵਿਹਲੇ ਸੀ ਉਹਨਾਂ ਨੇ ਇਹੋ ਜਿਹੇ ਕੰਮ ਆਪਣੇ ਛੇੜ ਲਏ, ਕਿਸੇ ਨੇ ਮੂਰਤੀ ਬਣਾ ਲਈ, ਕਿਸੇ ਨੇ ਕੋਈ ਹੋਰ ਕੰਮ ਛੇੜ ਲਿਆ। ਇਸ ਤਰ੍ਹਾਂ ਵਿਹਲੇ ਲੋਕਾਂ ਨੇ ਇਹ ਕੰਮ ਉਦੋਂ ਸ਼ੁਰੂ ਕੀਤਾ ਸੀ, ਉਦੋਂ ਦੀ ਇਹ ਕਲਾਕਾਰੀ ਹੋ ਸਕਦੀ ਆ। ਅੱਜ ਇਹ ਮੂਰਤੀਆਂ ਸਾਡੇ ਕਿਸੇ ਕੰਮ ਨਹੀਂ, ਕੇਵਲ ਤੇ ਕੇਵਲ ਪੁਰਾਤਨ ਸਮੇਂ ਦੀ ਯਾਦ ਦਿਵਾਉਂਦੀਆਂ ਨੇ। ਅੱਜ ਵਰਤਮਾਨ ਸਮੇਂ 'ਚ ਸਾਡੀ ਜ਼ਿੰਦਗੀ ਵਿਗਿਆਨਕ ਢੰਗ ਨਾਲ ਚੱਲਦੀ ਹੈ ਤੇ ਚੱਲਣੀ ਚਾਹੀਦੀ। ਪ੍ਰੋਫੈਸਰ ਅਗਲਾ ਸਵਾਲ ਨੰਬਰ 410 ਤੇ ਸਾਡਾ ਅਖੀਰੀ ਸਵਾਲ ਹੈ, ਸਮਾਂ ਜਿਹੜਾ ਹੈਗਾ ਸਾਡਾ ਉਹ ਪੂਰਾ ਹੋ ਗਿਆ, ਪਰ ਅੱਜ ਸਰੋਤਿਆਂ ਤੋਂ ਅਸੀਂ 5-7 ਮਿੰਟ ਵੱਧ ਲੈ ਲਾਂਗੇ, ਕੋਈ ਗੱਲ ਨਹੀਂ ਜੀ। ਬਲਜਿੰਦਰ ਸਿੰਘ ਕੰਗ ਹੈ ਜੀ, ਖਡੂਰ ਸਾਹਿਬ ਦੇ ਰਹਿਣ ਵਾਲੇ ਆ, ਜ਼ਿਲ੍ਹਾ ਤਰਨ ਤਾਰਨ ਹੈ ਇਹਨਾਂ ਦਾ। ਇਹਨਾਂ ਨੇ ਗੁਰਬਾਣੀ ਦੀ ਇੱਕ ਪੰਕਤੀ ਲਿਖ ਕੇ ਭੇਜੀ ਹੈ, ਉਸ ਵੇਹ ਦੇ ਵਿੱਚ ਜਿਵੇਂ ਆਪਾਂ ਬਹੁਤ ਬਹੁਤਾਤ ਜਿਹੜੀ ਹੈਗੀ ਸਾਡੀ ਉਹ ਜਾਣਦੀ ਹੈ ਵੀ ਇੱਕ ਸਾਡੇ ਸੰਪਟ ਪਾਠ ਦੀ ਮਰਿਆਦਾ ਚੱਲਦੀ ਹੈ, ਸੰਪਟ ਲੱਗਦਾ। ਇੱਕ ਪੰਕਤੀ ਭੇਜੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਕਹਿੰਦੇ ਆ ਵੀ ਪਾਠ ਕਰਦੇ ਸਮੇਂ ਹਰ ਪੌੜੀ ਤੋਂ ਬਾਅਦ ਇਹ ਸਾਨੂੰ ਪੜ੍ਹਨੀ ਚਾਹੀਦੀ ਹੈ ਜਾਂ ਨਹੀਂ ਪੜ੍ਹਨੀ ਚਾਹੀਦੀ, ਜਿਹੜਾ ਸ਼ਬਦ ਹੈਗਾ ਉਹਦੇ ਵਿੱਚ? ਇਸ ਤਰ੍ਹਾਂ ਦਾ ਜੇ ਵਾਧਾ ਘਾਟਾ ਕਰਨ ਦੀ ਇਜਾਜ਼ਤ ਆਪਾਂ ਦੇ ਦਿੱਤੀ ਤਾਂ ਹੋਰ ਬਹੁਤ ਕੁਛ ਅਦਲਾ ਬਦਲੀ ਹੋ ਜਾਣੀ ਹੈ। ਹਰ ਇੱਕ ਬੰਦੇ ਨੇ ਆਪਣੀ ਮਰਜ਼ੀ ਨਾਲ ਕੰਮ ਕਰਨਾ ਹੈ, ਹਾਲਾਂਕਿ ਵਾਧਾ ਘਾਟਾ ਕਰਨ ਦੀ ਇਜਾਜ਼ਤ ਨਹੀਂ ਹੈ, ਪਰ ਫਿਰ ਵੀ ਡੇਰੇਦਾਰ ਸਾਧ ਵਾਧੇ ਘਾਟੇ ਕਰੀ ਬੈਠੇ ਨੇ, ਤੇ ਇਹਨਾਂ ਨੇ ਇੱਥੋਂ ਤੱਕ ਜਦੋਂ ਅਸੀਂ ਪੜ੍ਹਦੇ ਹਾਂ ਆਸਾ ਕੀ ਵਾਰ, ਸਵੇਰ ਵੇਲੇ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ 'ਚ ਕੀਰਤਨ ਹੁੰਦਾ, ਉੱਥੇ ਚੌਥੇ ਪਾਤਸ਼ਾਹ ਦੇ ਛੱਕੇ ਨਾਲ ਲਾਏ ਜਾਂਦੇ ਨੇ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਆਸਾ ਕੀ ਵਾਰ ਦੀ ਰਚਨਾ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ ਉਹਦੇ ਵਿੱਚ ਉਹ ਛੱਕੇ ਨਹੀਂ ਹੈਗੇ, ਪਰ ਗੁਟਕਿਆਂ ਵਾਲਿਆਂ ਨੇ ਪਤਾ ਨਹੀਂ ਕਿਵੇਂ ਇਹ ਗੁਟਕਿਆਂ ਦੇ ਵਿੱਚ ਛਾਪ ਦਿੱਤੇ ਨੇ। ਹੁਣ ਜਦੋਂ ਕੀਰਤਨ ਹੁੰਦਾ ਹੈ ਤਾਂ ਉੱਥੇ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਇਸ ਤਰ੍ਹਾਂ ਛੱਕਾ ਵੀ ਵਿੱਚ ਪੜਿਆ ਜਾਂਦਾ ਹੈ ਜਦੋਂ ਕਿ ਆਸਾ ਕੀ ਵਾਰ ਦਾ ਉਹ ਹਿੱਸਾ ਨਹੀਂ ਹੈ। ਤਾਂ ਫਿਰ ਇਸ ਤਰ੍ਹਾਂ ਇੱਕ ਉਦਾਹਰਨ ਦੇ ਤੌਰ ਤੇ ਮੈਂ ਦੱਸਣਾ ਚਾਹੁੰਦਾ, ਜਿਵੇਂ ਰਾਮ ਰਾਜੇ ਸ਼ਬਦ ਇੱਕ ਪੰਕਤੀ ਨਾਲ ਲੱਗਿਆ ਹੋਇਆ ਹੈ, ਤਿੰਨ ਪੰਕਤੀਆਂ ਨਾਲ ਇੱਥੇ ਹਰੇਕ ਜਿਹੜਾ ਛੱਕਾ ਹੈ ਉਹਦੇ ਚਾਰ ਚਾਰ ਲੈਣਾ ਨੇ, ਤਿੰਨਾਂ ਲੈਣਾ ਦੇ ਨਾਲ ਰਾਮ ਰਾਜੇ ਨਹੀਂ ਹੈ, ਇੱਕ ਪਹਿਲੀ ਲੈਣ ਦੇ ਨਾਲ ਰਾਮ ਰਾਜੇ ਲੱਗਿਆ ਹੁੰਦਾ ਹੈ। ਤਾਂ ਜਿਹੜੇ ਸਾਰੇ ਕੀਰਤਨੀਏ ਨੇ ਉਹ ਕੇਵਲ ਪਹਿਲੀ ਲੈਣ ਦੇ ਨਾਲ ਜਿਵੇਂ ਲਿਖਿਆ ਹੋਇਆ ਰਾਮ ਰਾਜੇ ਉਸੇ ਤਰ੍ਹਾਂ ਹੀ ਪਹਿਲੀ ਲੈਣ ਨਾਲ ਬੋਲਦੇ ਨੇ, ਬਾਕੀ ਤਿੰਨ ਲੈਣਾਂ ਨਾਲ ਰਾਮ ਰਾਜੇ ਨਹੀਂ ਬੋਲਦੇ। ਤਾਂ ਜਦੋਂ ਉੱਥੇ ਰਾਮ ਰਾਜੇ ਨਹੀਂ ਬੋਲਿਆ ਜਾਂਦਾ, ਕੀਰਤਨ ਵਾਲਿਆਂ ਨੂੰ ਹਦਾਇਤਾਂ ਨੇ ਕਿ ਸਾਰੀਆਂ ਪੰਕਤੀਆਂ ਦਾ ਹਾਲਾਂਕਿ ਵਜਨ ਜਿਹੜਾ ਤੁਕਾਂਤ ਹੈ ਬਰਾਬਰ ਤਾਂ ਹੁੰਦਾ ਹੈ ਜੇ ਸਾਰੀਆਂ ਨਾਲ ਰਾਮ ਰਾਜੇ ਲਾਇਆ ਜਾਵੇ, ਪਰ ਇੱਥੇ ਜੇ ਆਪਾਂ ਵਾਧਾ ਘਾਟਾ ਕਰਨ ਦੀ ਇਜਾਜ਼ਤ ਇਹਨਾਂ ਨੂੰ ਦੇ ਦਿੱਤੀ ਫਿਰ ਅੱਗੇ ਗੱਲ ਚੱਲ ਪੈਣੀ ਆ, ਹੋਰ ਵਾਧੇ ਬਹੁਤ ਹੋ ਜਾਣੇ। ਤੋ ਕੀਰਤਨੀਏ ਵੀ ਇੱਕੋ ਪੰਕਤੀ 'ਚ ਰਾਮ ਰਾਜੇ ਲਾਉਂਦੇ ਨੇ, ਬਾਕੀਆਂ ਥਾਵਾਂ ਤੇ ਨਹੀਂ ਲਾਉਂਦੇ। ਤਾਂ ਇਸੇ ਤਰ੍ਹਾਂ ਇਹ ਰਾਮ ਕਲੀ ਕੀ ਵਾਰ ਹੈ ਜਿਹੜੀ ਇਹਦੇ ਵਿੱਚ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਜਿਵੇਂ ਲਿਖਿਆ ਹੋਇਆ ਸਾਨੂੰ ਉਸੇ ਤਰ੍ਹਾਂ ਪੜ੍ਹਨਾ ਚਾਹੀਦਾ। ਆਪਣੇ ਕੋਲੋਂ ਵਾਰ ਵਾਰ ਇਹ ਪੰਕਤੀ ਨੂੰ ਪੜ੍ਹਨਾ ਜਾਂ ਲਾਉਣਾ ਉਹ ਸਾਡੇ ਵਾਸਤੇ ਜਾਇਜ਼ ਨਹੀਂ ਹੈ। ਫਿਰ ਤਾਂ ਹਰੇਕ ਬੰਦਾ ਆਪਣੀ ਮਰਜ਼ੀ ਦੇ ਨਾਲ ਅਦਲਾ ਬਦਲੀਆਂ ਕਰੇਗਾ, ਗਾਉਣ ਦੇ ਵਿੱਚ ਜਾਂ ਪੜ੍ਹਨ ਦੇ ਵਿੱਚ। ਡੇਰੇਦਾਰਾਂ ਨੇ ਤਾਂ ਸੰਪਟ ਵੀ ਲਾਏ ਹੋਏ ਨੇ ਤੇ ਕਈ ਤਰ੍ਹਾਂ ਦੀਆਂ ਹੋਰ ਵੀ ਵਾਧੇ ਕੀਤੇ ਹੋਏ ਨੇ ਤੇ ਪਾਠਾਂ ਦੀਆਂ ਵਿਧੀਆਂ ਵੀ ਬਦਲ ਲਈਆਂ ਨੇ। ਇਹ ਤਾਂ ਸ਼ੁਕਰ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਛਾਪਣ ਦਾ ਢੰਗ ਤਰੀਕਾ ਉਸੇ ਤਰ੍ਹਾਂ ਹੈ ਜਿਹੜਾ ਪੁਰਾਣੇ ਸਮਿਆਂ ਚੋਂ ਆ ਰਿਹਾ, ਜਿਹੜਾ ਇੱਕ ਵਾਰੀ ਛਪ ਗਿਆ। ਜੇ ਕਿਤੇ ਇਹ ਸਾਰਿਆਂ ਨੂੰ ਖੁੱਲੀ ਛੁੱਟੀ ਮਿਲ ਗਈ, ਪਤਾ ਨਹੀਂ ਫਿਰ ਤਾਂ ਕਿਹੜੀਆਂ ਬਾਹਰਲੀਆਂ ਚੀਜ਼ਾਂ ਵੀ ਸ਼ਾਮਿਲ ਹੋ ਜਾਣੀਆਂ ਨੇ ਤੇ ਸ਼ਾਇਦ ਵਿੱਚ ਸ਼ਾਮਿਲ ਬਾਣੀ ਉਹ ਵੀ ਕਿਤੇ ਬਾਹਰ ਕੱਢ ਕੇ ਰੱਖ ਦੇਣੀ ਹੈ। ਕਈ ਵਾਰੀ ਇਹੋ ਜਿਹੀਆਂ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਨੇ, ਇਹਦੇ ਤੋਂ ਸਾਵਧਾਨ ਹੋਣ ਦੀ ਲੋੜ ਹੈ। ਜਿਹੋ ਜਿਹਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਜਿਹੋ ਜਿਹੇ ਰੂਪ ਚ ਹੈ ਇਹਨੂੰ ਜਿਵੇਂ ਲਿਖਤ ਹੈ ਉਸੇ ਲਿਖਤ ਨੂੰ ਉਸੇ ਤਰ੍ਹਾਂ ਮੰਨੀਏ, ਤੇ ਅਰਥਾਂ 'ਚ ਵੀ ਥੋੜਾ ਮਤਭੇਦ ਹੋ ਸਕਦਾ ਹੈ ਪਰ ਲਿਖਣ ਦੇ ਵਿੱਚ ਇਸੇ ਤਰ੍ਹਾਂ, ਛਾਪਣ ਦੇ ਵਿੱਚ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ।
ਪੜਿਆ ਵੀ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਜਾਣਾ ਚਾਹੀਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ 406 ਤੋਂ 410 ਤੱਕ ਦੇ ਸਵਾਲਾਂ ਦੇ ਜਵਾਬ ਲਏ ਹੈ। ਅਗਲੇ ਸੋਮਵਾਰ ਫਿਰ ਮਿਲਾਂਗੇ ਅਸੀਂ ਇਹੀ ਪ੍ਰੋਗਰਾਮ ਸਵਾਲ ਜਵਾਬ ਲੈ ਕੇ। ਕੱਲ ਨੂੰ ਤੁਹਾਨੂੰ ਮਿਲਣਗੇ ਫਿਰ ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਜਿਹੜੇ ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ ਜਨਮ ਸਾਖੀਆਂ ਦੀ ਪੜਚੋਲ। ਸਤਵੀਰ ਸਿੰਘ ਡੋਡਹੋਣਾ ਦੇ ਨਾਲ ਕੱਲ ਦਾ ਪ੍ਰੋਗਰਾਮ ਹੈ ਜੀ, ਉਹ ਵੀ ਤੁਸੀਂ ਜ਼ਰੂਰ ਸੁਣ ਲਿਆ ਕਰੋ। ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿਹੜੀਆਂ ਜਨਮ ਸਾਖੀਆਂ ਜੋੜੀਆਂ ਗਈਆਂ, ਉਹਦੇ ਵਿੱਚ ਜਿਵੇਂ ਦਾ ਉਹਨਾਂ ਨੂੰ ਦਿਖਾਇਆ ਗਿਆ, ਉਹਦੇ ਬਾਰੇ ਕਾਫੀ ਵਿਚਾਰ ਚਰਚਾ ਹੁੰਦੀ ਹੈ। ਅੱਗੇ ਆਪਾਂ ਅਗਲੇ ਸੋਮਵਾਰ ਫਿਰ ਮਿਲਾਂਗੇ, ਤੇ ਹੁਣ ਆਪਾਂ ਲੈਂਦੇ ਹਾਂ ਪ੍ਰੋਫੈਸਰ ਸਾਹਿਬ ਤੋਂ ਇਜਾਜ਼ਤ। ਪ੍ਰੋਫੈਸਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ।